ਹਾਜ਼ਰ ਹੈ ਜੰਝ ਦਾ ਵਿਚਾਰ ਸਤਿ ਸ਼੍ਰੀ ਅਕਾਲ ਜੀ ਪ੍ਰਾਈਮੇਅਰ ਸ਼ਾ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਚਾਹੀਦਾ ਵਿਚਾਰ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹਾਂ ਜੀ ਹਰ ਰੋਜ਼ ਦੀ ਤਰ੍ਹਾਂ ਮੈਂ ਹਰਮਨ ਥੰਦ ਮੇਰੇ ਨਾਲ ਨੇ ਸਵਰਨ ਸਿੰਘ ਟਾਣਾ ਸਤਿ ਸ਼੍ਰੀ ਅਕਾਲ ਟਾਣਾ ਸਾਹਿਬ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਬਹੁਤ ਵਧੀਆ ਜ਼ਿੰਦਗੀ ਕਿਵੇਂ ਚੱਲਦੀ ਹੈ ਜਿੰਦਾਬਾਦ ਹੈ ਕਿਉਂਕਿ ਮੈਂ ਜਿੰਦਾ ਹਾਂ ਪਰ ਮਰੂ ਮਰੂ ਬਿਲਕੁਲ ਨਹੀਂ ਕਰਨਾ ਚਾਹੀਦਾ ਯੈਸ ਮਰਨਾ ਸਭ ਨਹੀਂ ਹੈ ਪਰ ਮਰੂ ਮਰੂ ਬਿਲਕੁਲ ਨਹੀਂ ਕਰਨਾ ਚਾਹੀਦਾ ਇਹ ਨਾ ਗੱਲਾਂ ਤੇ ਹੱਸਦੇ ਕਿਉਂ ਹੁੰਨੇ ਵੀ ਜਦੋਂ ਮੈਂ ਆ ਗੱਲਾਂ ਕਹਿਣਾ ਕਿਉਂਕਿ ਮੈਂ ਆਪਣੇ ਪਰਿਵਾਰਕ ਜੀਆਂ ਨਾਲ ਥੋੜੀ ਜੀ ਗੱਲ ਕਰ ਲਵਾਂ ਕਰੋ ਹੂੰ ਕਿਉਂਕਿ ਜਦੋਂ ਪ੍ਰੋਗਰਾਮ ਹਲੇ ਸ਼ੁਰੂ ਹੋਣ ਲੱਗਿਆ ਸੀ ਉਸ ਤੋਂ ਪਹਿਲਾਂ ਸਾਡੀ ਇਸ ਵਿਸ਼ੇ ਦੇ ਉੱਪਰ ਬਹਿਸ ਹੋ ਕੇ ਹੱਟੀ ਹੈ ਕਿ ਮੈਂ ਇਹ ਗੱਲ ਕਹਿ ਰਹੀ ਸੀ ਕਿ ਵਾਰ-ਵਾਰ ਮਰੂੰ 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 ਮਰ ਜਾਊ ਸਾਰਿਆਂ ਨੇ ਮਰ ਜਾਣਾ ਇੱਕ ਨਾ ਇੱਕ ਦਿਨ ਮੌਤ ਆਉਣੀ ਹੈ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਮੇਰੇ ਹਿਸਾਬ ਦੇ ਨਾਲ ਕਿਉਂਕਿ ਠੀਕ ਹੈ ਭਾਈ ਸਾਰਿਆਂ ਨੂੰ ਪਤਾ ਹੈ ਸੱਚ ਦੇ ਬਾਰੇ ਵਿੱਚ ਪਰ ਜ਼ਿੰਦਗੀ ਜਿਉਣੀ ਚਾਹੀਦੀ ਹੈ ਜ਼ਿੰਦਗੀ ਹਰ ਰੋਜ਼ ਜਿਉਣ ਲਈ ਮਿਲਦੀ ਹੈ ਜ਼ਿੰਦਗੀ ਹਰ ਰੋਜ਼ ਬਾਹਾਂ ਖਿਲਾਰ ਕੇ ਮਿਲਦੀ ਹੈ ਇਸ ਲਈ ਸਦਾ ਜਿਉਂਦੇ ਰਹਿਣ ਦੀਆਂ ਗੱਲਾਂ ਕਰੋ ਹਮੇਸ਼ਾ ਹਾਂ ਪੱਕੀ ਗੱਲਾਂ ਕਰੋ ਹਮੇਸ਼ਾ ਪੋਜ਼ਿਟਿਵ ਰਹੋ ਬਿਲਕੁਲ ਤੁਸੀਂ ਵੀ ਆਪਣੀ ਥਾਂ ਤੇ ਠੀਕ ਆ ਹਾਂ ਪਰ ਮੈਂ ਵੀ ਗਲਤ ਨਹੀਂ ਹਾਂ ਉਹ ਠੀਕ ਹੈ ਜਾਨਾ ਸਾਹਿਬ ਬਸ ਅਸੀਂ ਅੱਗੇ ਨਹੀਂ ਸੁਣਨਾ ਵੀ ਕੀ ਹੋ ਜਾਓ ਤੁਸੀਂ ਹੋਰ ਸੁਣਾਓ ਮੌਤ ਇੱਕ ਲੰਮੀ ਨੀਂਦ ਹੈ ਨੀਂਦ ਇੱਕ ਛੋਟੀ ਮੌਤ ਹੈ ਮੈਂ ਵੀ ਗਲਤ ਨਹੀਂ ਹਾਂ ਚੇਤੇ ਰੱਖਿਆ ਕਰੋ ਉਕੇ ਜੇ ਚੇਤੇ ਰੱਖਾਂਗੇ ਵੀ ਪਤਾ ਨਹੀਂ ਕੱਲ ਨੂੰ ਕੀ ਹੋਣਾ ਅੱਜ ਤਾਂ ਹੀ ਚੱਜ ਦਾ ਕੰਮ ਕਰਾਂਗੇ ਨਾ ਜਾਨਾ ਸਾਹਿਬ ਮੈਂ ਕਹਿੰਨੀ ਬਿਲਕੁਲ ਨਾ ਚੇਤੇ ਰੱਖੋ ਵੈਸੇ ਹੀ ਚੱਜ ਦੇ ਕੰਮ ਕਰਿਆ ਕਰੋ ਖੈਰ ਤੁਸੀਂ ਮੌਸਮ ਦੀ ਹਾਲ ਬਿਆਨ ਕਰੋ ਮੌਸਮ ਪੰਜਾਬ ਦਾ ਬੜਾ ਸੋਹਣਾ ਹੋਇਆ ਪਿਆ ਦਿਨ ਦੇ ਵੇਲੇ ਧੁੱਪਾ ਅੱਜ ਧੁੱਪ ਤਿੱਖੀ ਸੀ ਥੋੜੀ ਜੀ ਅੱਛਾ ਜੀ ਤੇ ਰਾਤ ਦੇ ਵੇਲੇ ਪੱਖਾ ਚਲਾਉਣ ਦੀ ਲੋੜ ਕੋਈ ਨਹੀਂ ਇੱਕ ਨੰਬਰ ਤੇ ਚਲਾ ਗਏ ਤਾਂ ਵੀ ਪੜਾ ਲੱਗਦਾ ਰਾਤ ਮੈਂ ਖੇਸੀ ਲੈ ਲਈ ਬੰਬਲ ਮੇਰੇ ਮੂੰਹ 'ਚ ਵੜ ਗਿਆ ਤੇ ਇਹਦੇ 'ਚ ਕੀ ਦਾ ਕਸੂਰ ਹੈ ਮੇਰਾ ਹਾਸੇ ਵਿੱਚ ਬੰਬਲੂ ਉੱਚ ਵੱਡ ਗਿਆ ਦੱਸ ਫਿਰ ਪਰ ਖੇਸੀ ਲੈ ਕੇ ਵਧੀਆ ਨੀਂਦਾ ਆਈ ਹਾਂਜੀ 3 ਵਜੇ ਮੈਂ ਖੇਸੀ ਲਈ ਹਾਂ ਤੇ ਮਤਲਬ ਕਹਿਣ ਦਾ ਹੈ ਵੀ ਭਾਈ ਰਾਤਾਂ ਠੰਡੀਆਂ ਹੋਗੀਆਂ ਵੈਸੇ ਟੈਣਾ ਸਾਹਿਬ ਇੱਕ ਚੀਜ਼ ਆ ਇੱਕ ਗੱਲ ਆ ਮੈਨੂੰ ਨਹੀਂ ਪਤਾ ਹੋਰ ਕੋਈ ਇਸ ਗੱਲ ਦਾ ਅਹਿਸਾਸ ਕਰਦਾ ਹੋਊਗਾ ਕਿ ਨਹੀਂ ਜਿਹੜੀਆਂ ਖੇਸੀਆਂ ਸਾਡੀਆਂ ਮਾਵਾਂ ਨੇ ਦਾਦੀਆਂ ਨੇ ਨਾਨੀਆਂ ਨੇ ਬਣਾਈਆਂ ਨੇ ਹਨਾ ਬੰਬਲ ਜਿਨ੍ਹਾਂ ਦੇ ਆਪ ਦੇ ਹੱਥੀਂ ਵੱਟੇ ਨੇ ਉਹਨਾਂ ਦੇ ਵਿੱਚ ਜ਼ਿਆਦਾ ਨਿਗ ਨਹੀਂ ਆਉਂਦਾ ਤੁਹਾਨੂੰ ਆਪਣਾਤ ਦਾ ਅਹਿਸਾਸ ਹੁੰਦਾ ਤਨੂੰ ਇਹ ਲੱਗਦਾ ਹੈ ਕਿ ਮਾਂ ਦੀ ਗੋਦੀ 'ਚ ਪਈ ਆ। ਮਤਲਬ ਮੈਨੂੰ ਇਹ ਲੱਗਦਾ ਹੋ ਸਕਦਾ ਮੈਂ ਜ਼ਿਆਦਾ ਸੋਚਦੀ ਹੋਵਾਂ ਪਰ ਮੈਨੂੰ ਇਹ ਲੱਗਦਾ ਵੀ ਆ ਜਿਹੜੀਆਂ ਅੱਜ ਕੱਲ ਨਵੀਆਂ ਜੀਆਂ ਰਜਾਈਆਂ ਆ ਗਈਆਂ ਹਨਾ ਨਵੇਂ ਤਰ੍ਹਾਂ ਦੇ ਕੰਬਲ ਆ ਗਏ ਹਾਂ ਰੇਸ਼ਮੀ ਹਾਂ ਰੇਸ਼ਮੀ 1ਸ 1 ਨੇ ਉੱਤੇ ਫੁੱਲ ਬੂਟੀਆਂ ਕੱਢੀਆਂ ਹੋਈਆਂ ਹਨਾ ਉਹਦੇ ਨਾਲੋਂ ਕਿਤੇ ਜ਼ਿਆਦਾ ਸਵਾਦ ਉਸ ਖੇਸ 'ਚ ਸੌਣ ਦਾ ਆਉਂਦਾ। ਸੱਚ ਹੈਨਾ ਬਿਲਕੁਲ ਸੱਚ ਆ ਪਰ ਇਹ ਗੱਲਾਂ ਉਹਨੂੰ ਮਹਿਸੂਸ ਹੁੰਦੀਆਂ ਜਿਹੜਾ ਬੰਦਾ ਸੁਵੇਦਨਸ਼ੀਲਾ ਹੂੰ ਜਿਹਨੂੰ ਨਿਗ ਦਾ ਪਤਾ ਵੀ ਨਿਗ ਉਹੀ ਨਹੀਂ ਹੁੰਦਾ ਵੀ ਅੰਦਰ ਹੀਟਰ ਚਲਾ ਲਿਆ ਹਾਂ ਅੰਦਰ ਤੁਸੀਂ ਹੀਟ ਛੱਡ ਲਈ ਉਹੀ ਨਹੀਂ ਨਿਗ ਬੇਬੇ ਦਾ ਕੀ ਆ ਨਿਗ ਬਾਪੂ ਦਾ ਕੀ ਆ ਤੁਹਾਨੂੰ ਚੰਗਾ ਤਾਂ ਉਦੋਂ ਵੀ ਬਹੁਤ ਲੱਗਦਾ ਤੁਹਾਡੇ ਦਾਦੇ ਨੇ ਤੁਹਾਡੇ ਬਾਪੂ ਨੇ ਦਰਖਤ ਲਾਇਆ ਬਾਪੂ ਜੀ ਦੁਨੀਆ ਦੇ ਉੱਤੇ ਨਹੀਂ ਦਾਦਾ ਜੀ ਦੁਨੀਆ ਦੇ ਉੱਤੇ ਨਹੀਂ ਦਾਦੀ ਦੁਨੀਆ ਦੇ ਉੱਤੇ ਨਹੀਂ ਤੁਸੀਂ ਉਸ ਦਰਖਤ ਨੂੰ ਘਟ ਕੇ ਜੱਫੀ ਪਾਓ ਤੁਹਾਨੂੰ ਇਹਦਾ ਬਾਪੂ ਆ ਕੇ ਮਿਲ ਗਿਆ ਕਿਉਂਕਿ ਉਸ ਦਰਖਤ ਦੇ ਨਾਲ ਬਾਪੂ ਦੀ ਸਾਂਝ ਰਹੀ ਆ ਸਹੀ ਉਸ ਖੇਸੀ ਨਾਲ ਹੂੰ ਉਸ ਦਰੀ ਨਾਲ ਉਹਨਾਂ ਬੰਬਲਾਂ ਨਾਲ ਉਹਨਾਂ ਸਰਾਂਿਆਂ ਦੇ ਨਾਲ ਤੁਹਾਡੀ ਮਾਤਾ ਦੀ ਤੁਹਾਡੀ ਦਾਦੀ ਦੀ ਤੁਹਾਡੀ ਨਾਨੀ ਦੀ ਤੁਹਾਡੀ ਚਾਚੀ ਤਾਈ ਦੀ ਸਾਂਝ ਰਹੀ ਹੈ ਮਾਸੀ ਦੀ ਸਾਂਝ ਰਹੀ ਹੈ ਇਹ ਨਿੱਗ ਦੇ ਨਾਲ ਹੀ ਤਾਂ ਬੰਦਾ ਤੁਰਿਆ ਫਿਰਦਾ ਹੋਰ ਐ ਥੋੜੀ ਨਿੱਗਾ ਹੋ ਗਿਆ ਮੈਂ ਹਾਂ ਏਸੀ ਚਲਾਤੇ ਹਾਂ ਅਮ ਔਰ ਹਮ ਬਲੈਂਕਟ ਲੈ ਲੈਂਦੇ ਹਾਂ ਹਾਂ ਉਹ ਏਸੀ ਬੰਦ ਕਰ ਲਓ ਏਸੀ ਦਾ ਉਹਦਾ ਕੋਈ ਫਾਇਦਾ ਨਹੀਂ ਖੈਰ ਚਾਚਾ ਸਾਹਿਬ ਚਾਜਦਾ ਵਿਚਾਰ ਸਾਂਝਾ ਕਰੋ ਚਾਚਾ ਜੀ ਦਾ ਵਿਚਾਰ ਬੜੀ ਗੌਰ ਨਾਲ ਸੁਣਿਓ ਹੁਣ ਉਹ ਇਹ ਹੈ ਕਿ ਜਾਤ ਪਾਤ ਦੇ ਚੱਕਰਾਂ ਵਿੱਚ ਰੁੜੇ ਹੋਏ ਲੋਕ ਜਾਤ ਪਾਤ ਅਕਿ ਆ ਜਨਰਲ ਕੈਟਾਗਰੀ ਆ ਆ ਫਲਾਣੀ ਕੈਟਾਗਰੀ ਆ ਢਿੰਗੜੀ ਕੈਟਾਗਰੀ ਆ ਜਾਤ ਪਾਤ ਦੇ ਚੱਕਰਾਂ ਵਿੱਚ ਉਲਝੇ ਹੋਏ ਲੋਕ ਜਾਤ ਪਾਤ ਉਦੋਂ ਕਿਵੇਂ ਭੁੱਲ ਜਾਂਦੇ ਆ ਜਦੋਂ ਖੂਨ ਦੀ ਲੋੜ ਹੁੰਦੀ ਆ ਉਦੋਂ ਕਦੇ ਦੇਖਿਆ ਵੀ ਭਾਈ ਇਹ ਜਨਰਲ ਕੈਟਾਗਰੀ ਵਾਲੇ ਦਾ ਖੂਨ ਆ ਕਿਸੇ ਹੋਰ ਦਾ ਉਦੋਂ ਇਹ ਹੁੰਦਾ ਵੀ ਬੰਦਾ ਬਚ ਜੇ ਇਹ ਆਈ ਲੈਟਸ ਨੇ ਕਿਵੇਂ ਭੁਲਾਤਾ ਬਈ ਵੀ ਮੁੰਡਾ ਕਿੰਨਾ ਦਾ ਤੇ ਕੁੜੀ ਕਿੰਨਾ ਦੀ ਆ ਇਹ ਜੱਟਾਂ ਦਾ ਮੁੰਡਾ ਕਿ ਤਰਖਾਣਾ ਦਾ ਮੁੰਡਾ ਫਿਰ ਸਾਰਾ ਕੁਝ ਭੁੱਲ ਜਾਂਦੇ ਆ ਸਵਾਰਥ ਦੇ ਉੱਤੇ ਜਾਤ ਪਾਤ ਦੀ ਨਹੀਂ ਖੜੀ ਹੁਣ ਹੂੰ ਸਹੀ ਕਿਆ ਸਵਾਰਥ ਨੇ ਮੋਰੇ ਜਾਤ ਪਾਤ ਛੋਟੀ ਲੱਗਦੀ ਐ ਸਾਨੂੰ ਉਦੋਂ ਕੋਈ ਜਾਤ ਪਾਤ ਨਹੀਂ ਉਦੋਂ ਅਸੀਂ ਇਨਸਾਨੀਅਤ ਦੀ ਗੱਲ ਕਰਦੇ ਹਾਂ ਉਦੋਂ ਅਸੀਂ ਤੇ ਇਨਸਾਨੀਅਤ ਦੀ ਹੀ ਕਰਨੀ ਚਾਹੀਦੀ ਆ ਜੀ ਨਹੀਂ ਪਰ ਅਸੀਂ ਉਸ ਵੇਲੇ ਹੀ ਕਰਦੇ ਹਾਂ ਸਿਰਫ ਜਦੋਂ ਸਾਡੀ ਲੋੜ ਹੈ ਨਾ ਜੋ ਸਾਨੂੰ ਪਤਾ ਹੈ ਵੀ ਇੱਥੇ ਸਾਡਾ ਮਸਲਾ ਹੱਲ ਹੁੰਦਾ ਹੈ ਅਸੀਂ ਉਨਾ ਕਚੇਰੀ ਉਹ ਗੱਲ ਕਰਦੇ ਹਾਂ ਵੀ ਲੈ ਸਾਰੇ ਇੱਕੋ ਜਿਹੇ ਨੇ ਰੱਬ ਤਾਂ ਇੱਕ ਹੈ ਆਪਾਂ ਸਾਰੇ ਭੈਣ ਭਰਾ ਇੱਕੋ ਜਿਹੇ ਹੀ ਆ ਸਾਰਿਆਂ ਦਾ ਖੂਨ ਲਾਲ ਹੁੰਦਾ ਸਾਰੇ ਇੱਥੇ ਜੰਮੇ ਪਲੇ ਖੇਡੇ ਆਪਾਂ ਸਾਰੇ ਇੱਕੋ ਹੀ ਆ ਉਦੋਂ ਹੀ ਇਹ ਗੱਲਾਂ ਚੇਤੇ ਆਉਂਦੀਆਂ ਜਦੋਂ ਕੋਈ ਆਪਣਾ ਮਨੋਰਥ ਹੋਵੇ ਖੂਨ ਲਾਲ ਹੈ ਖੂਨ ਦੀ ਲਾਲੀ ਮੁੱਕਣੀ ਨਹੀਂ ਚਾਹੀਦੀ ਖੂਨ ਚਟਾਰੀ ਹੋਣਾ ਚਾਹੀਦਾ ਐ ਗੱਲਾਂ ਕਰਦੇ ਤੇ ਵਿੱਚ ਚੋਰਪੁਣਾ ਵੀ ਰੱਖਦੇ ਆ ਮੇਰਾ ਚਿਤ ਕਰਨਾ ਵੀ ਉਥੇ ਨਾਨਾ ਪਟੇ ਕਰਾ ਜੀ ਕਿਉਂ ਉਹ ਜਿਵੇਂ ਉਂਗਲ ਰੱਖ ਕੇ ਉਹ ਤੇ ਐ ਮਾਰਦਾ ਸੀਆਂ ਕਰਕੇ ਇਹ ਦੇਖੋ ਖੂਨ ਕਾਲਾ ਰੰਗ ਹੈ ਖੂਨ ਕਾਲਾ ਨਹੀਂ ਤੇ ਨਾਨਾ ਪਟੇ ਕਰ ਐਂਦਾ ਵੇਲਾ ਵੀ ਮੈਂ ਤੇ ਹੀ ਦੁਰਿਆ ਫਿਰੇ ਉਹਦੀ ਉਂਗਲ ਖੜਕੇ ਐ ਮਾਰੀ ਉਹਦੇ ਤਾਂ ਉਹਨੂੰ ਫੇਰ ਪਤਾ ਲੱਗੂਗਾ ਵੀ ਸੱਚੀ ਮੁੱਚੀ ਖੂਨ ਦੀ ਗੱਲ ਵੀ ਕਰਨੀ ਤੇ ਉਹਦਾ ਅਕਲ ਕਰ ਲਿਆ ਆਪਾਂ ਉਹ ਨਹੀਂ ਕਰਦੇ ਇਹ ਨਾਨਾ ਪਟੇ ਕਰਦੀ ਉਂਗਲਾਂ ਵਿੱਚ ਚਲਾਈ ਰੱਖੋ ਉਹ ਐਂਦਾ ਵੇਲਾ ਵਿਚਾਰਾ ਤਾਂ ਡਲਾ ਸੀਗਾ ਉਹਦੀ ਉਂਗਲ ਥੋੜੀ ਖਿੱਲੀ ਸੀ

ਹਿੰਦੀ ਵਿੱਚ ਮੈਂ ਪੰਜਾਬੀ ਚ ਸੁਣਾਉਂਗੀ ਟਣਾ ਸਰ ਕਹਿੰਦੇ ਕਿ ਕੀ ਹੋਇਆ ਮੈਨੂੰ ਤੁਹਾਡਾ ਡੜਾ ਚਿੱਤੇ ਆਈ ਜਾਂਦਾ ਕਿਉਂ ਨਾਨਾ ਪਾਟੇਕਰ ਚਿੱਤੇ ਆਈ ਜਾਂਦਾ ਹਾਂ ਤਕੜਾ ਬਹੁਤ ਐਕਟਰ ਉਹ ਮੈਨੂੰ ਪਤਾ ਕੋਈ ਸ਼ੱਕ ਨਹੀਂ ਪਰ ਮੈਂ ਇੰਟਰਵਿਊ ਦੇਖੀ ਉਹਨਾਂ ਦੇ ਖੜਨ ਵੀ ਬੰਦਾ ਕਬਾ ਵੀ ਬਹੁਤ ਆ ਮੈਂ ਚਾਹਦਾ ਵਿਚਾਰ ਸਾਂਝਾ ਕਰ ਗੱਲ ਤਾਂ ਪੂਰੀ ਹੋ ਜਾਂਦੀ ਤੁਹਾਡੇ ਨਾਨਾ ਪਾਟੇਕਰ ਦੀ ਗੱਲ ਆਪੇ ਫੇਰ ਛੱਡ ਲਈਏ ਜੀ ਨੂੰ ਅੱਜ ਮਾਫੀ ਚਾਹੁੰਨੀ ਹੈ ਨਾਨਾ ਪਾਟੇਕਰ ਕਲਾਕਾਰ ਵੀ ਬਹੁਤ ਤਕੜਾ ਸਹੀ ਸੰਘਰਸ਼ੀਲ ਵੀ ਬਹੁਤ ਤਕੜਾ ਪਰ ਸੁਬਹਾ ਕਿਸੇ ਕਿਸੇ ਨਾਲ ਮੇਲ ਖਾਂਦਾ ਉਹਨੇ ਗੱਲ ਦੱਸੀ ਹੈ ਕਿ ਨਾ ਫਲਾਣੀ ਫਿਲਮ ਦੀ ਸ਼ੂਟਿੰਗ ਦੇ ਤੇ ਮੈਂ ਫਲਾਣੇ ਦੇ ਚਪੇੜ ਮਾਰਤੀ ਫਲਾਣੀ ਫਿਲਮ ਦੀ ਸ਼ੂਟਿੰਗ ਦੇ ਤੇ ਫਲਾੜੇ ਨਾਲ ਮੇਰਾ ਕੋਈ ਬੋਲ ਬਲਾਰਾ ਹੋ ਗਿਆ ਮਤਲਬ ਬੰਦਾ ਜਿਹੜਾ ਕਲਾਬਾਨ ਹੁੰਦਾ ਨਾ ਉਹਦੇ ਵਿੱਚ ਕੋਈ ਨਾ ਕੋਈ ਗੱਲ ਐਸੀ ਵੀ ਹੁੰਦੀ ਬਰਦਾਸ਼ਤ ਕਰਨੀ ਪੈਂਦੀ ਹੈ ਹਰ ਇੱਕ ਬੰਦੇ 'ਚ ਕੋਈ ਨਾ ਕੋਈ ਐਬ ਜ਼ਰੂਰ ਹੁੰਦਾ ਐਬ ਨਹੀਂ ਹੁੰਦਾ ਤਾਂ ਥੋੜੀ ਜੀ ਆਰਤਲੀ ਤੋਂ ਲੱਤੀ ਹੁੰਦੀ ਹੈ ਐਬ ਤੁਸੀਂ ਕਹੋਗੇ ਦਾਰੂ ਪੀਂਦਾ ਫਲਾਣਾ ਨਹੀਂ ਨਹੀਂ ਜ਼ਰੂਰੀ ਥੋੜੀ ਹੈ ਹਾਂ ਕਹਣਾ ਸਾਹਿਬ ਜ਼ਰੂਰੀ ਨਹੀਂ ਹੈ ਕਿ ਐਬ ਕੱਲੇ ਆਹੀ ਹੋਣ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਕੋਈ ਵੀ ਬੰਦਾ ਜਿਹੜਾ ਉਹ ਸੰਪੂਰਨ ਨਹੀਂ ਹੈ ਕੋਈ ਵੀ ਬੰਦਾ ਪਰਫੈਕਟ ਨਹੀਂ ਹੈ ਹਰ ਇੱਕ ਬੰਦੇ 'ਚ ਕੋਈ ਨਾ ਕੋਈ ਔਗਣ ਜ਼ਰੂਰ ਹੁੰਦਾ ਕੋਈ ਸੁਭਾਅ ਪੱਖੋਂ ਮਾੜਾ ਹੋ ਸਕਦਾ ਹੈ ਵੈਸੇ ਬਹੁਤ ਚੰਗਾ ਹੋ ਸਕਦਾ ਕੋਈ ਹੋ ਸਕਦਾ ਹੈ ਵੀ ਬੰਦਾ ਮਿਹਨਤ ਕਰਕੇ ਨਾਰਾਜ਼ੀ ਹੁੰਦਾ ਹੋਵੇ ਕੋਈ ਹੋ ਸਕਦਾ ਈਮਾਨਦਾਰ ਨਾ ਹੋਵੇ ਕੋਈ ਹੋ ਸਕਦਾ ਲਾਲਚੀ ਹੋਵੇ ਕੋਈ ਹੋ ਸਕਦਾ ਕਿ ਸਿਰਫ ਆਪਣੇ ਤੱਕ ਸਵਾਰਥੀ ਹੋਵੇ ਹੈਨਾ ਸੋ ਇਹ ਜਿਹੜੀਆਂ ਗੱਲ ਹਰ ਇੱਕ ਬੰਦੇ 'ਚ ਕੋਈ ਨਾ ਕੋਈ ਕਮੀ ਤਾਂ ਜ਼ਰੂਰ ਹੁੰਦੀ ਹੈ ਆਪਣੇ ਮਾੜਾ ਹੋਣ ਦਿਓ ਸ਼ੁਕਰ ਹੈ ਹੁਣ ਮੇਰੇ ਵਾਲਾ ਚਾਹਦਾ ਵਿਚਾਰ ਸੁਣੋ ਟੈਣਾ ਸਾਹਿਬ ਕਹਿੰਦੇ ਬਣਨਾ ਹੈ ਤਾਂ ਸਮੇ ਦੇ ਵਰਗੇ ਬਣੋ ਬਿਲਕੁਲ ਜੀ ਟਿਕ 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 ਚਲਦੀ ਘੜੀ ਵਰਗੇ ਬਣੋ ਬਣਨਾ ਹੈ ਤਾਂ ਵਕਤ ਦੇ ਵਰਗੇ ਸਮੇ ਦੇ ਵਰਗੇ ਬਣੋ ਜਿਹੜਾ ਕਦਰ ਨਾ ਕਰੇ ਉਹਨੂੰ ਦੁਬਾਰਾ ਕਦੇ ਨਾ ਮਿਲੋ ਹਾਂ ਜਿਹੜਾ ਕਦਰ ਨਾ ਕਰੇ ਉਹਨੂੰ ਦੁਬਾਰਾ ਕਦੇ ਨਾ ਮਿਲੋ ਕਿਉਂਕਿ ਸਮਾਂ ਵੀ ਦੁਬਾਰਾ ਨਹੀਂ ਮਿਲਦਾ ਬਿਲਕੁਲ ਸੱਚ ਆ ਕਦੇ ਨਹੀਂ ਮਿਲਦਾ ਇੱਕ ਵਾਰ ਵੇਲਾ ਲੰਘ ਜਵੇ ਖੁੰਝ ਜਵੇ ਤਾਂ ਖੁੰਝਾ ਜਾਂਦਾ ਬਿਲਕੁਲ ਗੱਲ ਸਹੀ ਆ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹਟਾਉਂਦਾ ਨਹੀਂ ਹਾਂ ਆਉਂਦਾ ਨਹੀਂ ਸਹੀ ਗੱਲ ਆ ਤੇ ਉਦਾਂ ਦੇ ਹੀ ਵੜ ਜਾ ਬਸ ਹਾਂ ਦਰ ਥੋੜੀ ਪਤਾ ਦੀ ਹੈ ਸ਼ੁਕਰੀਆ ਪਰ ਕਰੀਏ ਕੀ ਘੜੀ ਮੁੜ ਕੇ ਫਿਰ 12 ਤੇ ਆ ਜਾਂਦੀ ਹੈ ਘੜੀ ਆਉਂਦੀ ਹੈ 12 ਤੇ 3 ਤੇ ਆ ਜਾਂਦੀ ਹੈ ਆ ਜਾਂਦੀ ਹੈ ਪਰ ਉਹ ਜਿਹੜੇ 3 ਵਜੇ ਹੁੰਦੇ ਆ ਉਹ ਦੁਬਾਰਾ ਨਹੀਂ ਆਉਂਦੇ ਹੂੰ ਘੜੀ ਜ਼ਰੂਰ ਆਉਂਦੀ ਹੈ ਜਿਹੜੇ ਸਵੇਰੇ ਨਹੀਂ ਵੇਲੇ ਸਿਰ ਉੱਠਦੇ 3 4 ਉਹਨਾਂ ਦੇ ਵਜਣੀਆਂ ਚਾਹੀਦੀਆਂ ਸਹੀ ਇਹ ਬੜੀ ਜ਼ਰੂਰੀ ਗੱਲ ਮੈਨੂੰ ਇਹ ਲੱਗਦਾ ਹੁੰਦਾ ਜਾਣਾ ਸਰ ਕਿ ਮੌਕਾ ਹਰ ਕਿਸੇ ਨੂੰ ਮਿਲਦਾ ਕਿਸਮਤ ਦੇ ਵਿੱਚ ਜਿਹੜੇ ਲੋਕ ਵਿਸ਼ਵਾਸ ਰੱਖਦੇ ਨੇ ਸਮੇ ਦੇ ਵਿੱਚ ਜਿਹੜੇ ਲੋਕ ਵਿਸ਼ਵਾਸ ਰੱਖਦੇ ਨੇ ਸਮਾਂ ਤੇ ਕਿਸਮਤ ਹਮੇਸ਼ਾ ਹਰ ਕਿਸੇ ਨੂੰ ਇੱਕ ਮੌਕਾ ਤਾਂ ਘੱਟੋ ਘੱਟ ਜ਼ਰੂਰ ਦਿੰਦਾ ਹੈ ਉਹ ਗੱਲ ਵੱਖਰੀ ਹੈ ਕਿ ਬਹੁਤੀ ਵਾਰ ਸਾਨੂੰ ਜਾਂ ਤਾਂ ਉਸ ਮੌਕੇ ਦੀ ਪਛਾਣ ਨਹੀਂ ਹੋ ਪਉਂਦੀ ਤੇ ਜਾਂ ਅਸੀਂ ਉਸ ਮੌਕੇ ਨੂੰ ਸਾਂਭ ਨਹੀਂ ਪਾਉਂਦੇ ਹੂੰ ਤੇ ਜਦੋਂ ਨਿਕਲ ਜਾਂਦਾ ਫਿਰ ਸਾਨੂੰ ਹੁੰਦਾ ਵੀ ਉਦੋਂ ਜੇ ਕਿਤੇ ਆਹ ਕਰ ਲਿਆ ਹੁੰਦਾ ਤਾਂ ਸ਼ਾਇਦ ਅੱਜ ਦਿਨ ਹੋਰ ਹੋਣੇ ਸੀ ਸੱਚ ਆ ਹਨਾ ਉਦੋਂ ਅਸੀਂ ਇਹ ਗੱਲ ਫੇਰ ਕਰਨ ਲੱਗ ਜਾਂਦੇ ਆ ਸੋ ਇਸ ਲਈ ਜਿਹੜਾ ਬੰਦਾ ਉਸ ਮੌਕੇ ਦੀ ਉਸ ਸਮੇਂ ਦੀ ਪਛਾਣ ਕਰ ਜਾਂਦਾ ਉਹ ਜ਼ਿੰਦਗੀ ਵਿੱਚ ਕੁਝ ਨਾ ਕੁਝ ਜ਼ਰੂਰ ਬਣ ਜਾਂਦਾ ਮੈਂ ਤੁਹਾਡੀ ਗੱਲਾਂ ਨਾਲ 100% ਸਹਿਮਤ ਆ ਸ਼ੁਕਰੀਆ ਸਮੇਂ ਦੀ ਸਾਰੇ ਕਦਰ ਕਰਿਆ ਕਰੋ ਤੁਹਾਡੇ ਸਮੇਤ ਮੈਂ ਤੇ ਮੇਰੇ ਸਮੇਤ ਸਾਰੇ ਹਮ ਆਪਾਂ ਸਾਰੇ ਪਰਿਵਾਰਕ ਜੀ ਆਂ ਰੀਲਾਂ ਤੇ ਟਾਈਮ ਨਾ ਬਰਬਾਦ ਕਰਿਆ ਕਰੋ ਜੀ ਕੋਈ ਉਰ ਲਗਾ ਪਰ ਲਗਾ ਠੋਕ ਲਗਾ ਨੀ ਛੜਿਆ ਕਰੋ ਹੁਣ ਕਈ ਵਾਰੀ ਬੰਦੇ ਕਿਤੇ ਬੈਠ ਕੇ 10 ਜਣੇ ਬੈਠੇ ਹੋਣ ਆ ਜੇ 10 ਬੰਦੇ ਇਕੱਠੇ ਬੈਠੇ ਤੇ 1 ਘੰਟੇ ਬਾਅਦ ਕੀਤਾ ਮਤਲਬ 10 ਘੰਟੇ ਬਰਬਾਦ ਹੋ ਗਏ ਹੂੰ ਇਸ ਕਰਕੇ ਆਪਾਂ ਸਮੇਂ ਦੀ ਕਦਰ ਕਰਨੀ ਆ ਸਮੇਂ ਦੀ ਕਦਰ ਕਰਨੀ ਆ ਪਰ ਹਾਂਜੀ ਤੁਸੀਂ ਕੋ ਹੱਸੇ ਮੈਂ ਕਹਿਣ ਲੱਗੀ ਸੀ ਹਾਂਜੀ ਵੀ ਜ਼ਿੰਦਗੀ ਚ ਹਰ ਚੀਜ਼ ਦੀ ਲੋੜ ਹੁੰਦੀ ਆ ਮਨੋਰੰਜਨ ਵੀ ਜ਼ਰੂਰੀ ਆ ਮਿਹਨਤ ਵੀ ਜ਼ਰੂਰੀ ਆ ਕੰਮ ਕਰਨਾ ਵੀ ਜ਼ਰੂਰੀ ਆ ਤੇ ਜਦੋਂ ਤੁਸੀਂ ਮਨੋਰੰਜਨ ਕਰਨ ਲਈ ਬੈਠੇ ਆ ਹੂੰ ਫਿਰ ਤੁਸੀਂ ਗੱਲਾਂ ਬਾਤਾਂ ਕਰੋ ਫਿਰ ਦੱਸੇ ਜਣੇ ਆਪੋ ਆਪਣਾ ਮੋਬਾਈਲ ਲੈ ਕੇ ਨਾ ਭੇਜੋ ਨਹੀਂ ਇਹ ਤਾਂ ਬਿਲਕੁਲ ਜੋ ਤੁਸੀਂ ਸਾਰੇ ਬੈਠੇ ਹੋ ਉੱਥੇ ਫੋਨ ਨਹੀਂ ਵਰਤਣਾ ਕਈ ਵਾਰੀ ਬੰਦਾ ਮੇਰੇ ਮੂਰੇ ਬੈਠ ਕੇ ਨਾ ਇਉਂ ਫੋਨ ਦੇਖੀ ਜਾਊਗਾ ਬੈਠਾ ਮੇਰੇ ਮੂਰੇ ਹੁੰਦਾ ਮੇਰਾ ਚਿਤ ਕਰਦਾ ਵੀ ਐਨੇ ਫੋਨ ਖੋਏ ਜਾਂਦੇ ਇਹਦਾ ਕੋਈ ਕਿਉਂ ਨਹੀਂ ਹੁੰਦਾ ਤੁਰੇ ਜਾਂਦੇ ਦਾ ਫੋਕੇ ਲੈ ਜੇ ਕੋਈ ਇਹ ਸਿਮ ਨੂੰ ਤਰਸੇ ਹਾਂ ਇਹਦੇ ਘਰ ਦੇ ਮੁੜ ਕੇ ਨੂੰ ਫੋਨ ਨਾ ਲੈ ਗਦੇ ਹਾਂ ਚੰਚ ਦਾ ਮੀਚਾ ਹਰਮਨ ਜੀ ਵਿਆਹ ਹੋਇਆ ਇੱਕ ਵਿਆਹ ਬੜਾ ਤਕੜਾ ਵਿਆਹ ਹੋਇਆ ਅੱਛਾ ਜੀ ਹੱਸੋ ਨਾ ਇਧਰ ਵਿਆਹ ਹੋ ਗਿਆ ਤੇ ਵਿਆਹ ਹੋਇਆ ਤੇ ਵਿਆਹ ਤੇ ਹੱਸਣਾ ਹੀ ਚਾਹੀਦਾ ਇਹ ਦੱਸਣ ਵਾਲੀ ਗੱਲ ਹੈ ਕੋਈ ਤੇ ਖੁਸ਼ ਤਾਂ ਰਹਿਣਾ ਚਾਹੀਦਾ ਤੇਰੇ ਚ ਖੁਸ਼ੀ ਵਾਲੀ ਕਿਹੜੀ ਗੱਲ ਤੁਸੀਂ ਹੌਸਲਾ ਨਾ ਤੋੜੋ ਲੋਕਾਂ ਦਾ ਜਿਨ੍ਹਾਂ ਦੇ ਵਿਚਾਰਾਂ ਦੇ ਵਿਆਹ ਕਰੇ ਆ ਪੂਰੀ ਗੱਲ ਸੁਣੋ ਹਾਂ ਮੁੰਡੇ ਦਾ ਹੋ ਗਿਆ ਵਿਆਹ ਠੀਕ ਹੈ ਮੈਂ ਨਾ ਵੀ ਵਿਆਹ ਦੇ ਮੌਕੇ ਜਿਹੜੀਆਂ ਜਿਹੜੀਆਂ ਉੱਥੇ ਹਵਾਈਆਂ ਚੱਲੀਆਂ ਓਏ ਓਏ ਹੋਏ 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 ਮੈਂ ਨਾ ਜਿਹੜੀਆਂ ਜਿਹੜੀਆਂ ਲੱਤਾਂ ਚੱਲੀਆਂ ਪੰਗੜਾ ਪਾਇਆ ਹੋਣਾ ਮੈਂ ਨਾ ਵੀ ਜੋ ਜੋ ਉੱਥੇ ਇੱਕ ਦੂਜੇ ਵੱਲ ਸਮਾਨ ਆਇਆ ਨਹੀਂ ਉਸੇ ਕੋਈ ਗੇਮਾ ਵੀ ਸੀ ਗੇਮਾ ਨਹੀਂ ਗੇਮ ਤਾਂ ਵੈਸੇ ਹੀ ਹੋ ਜਾਂਦੀ ਆ ਵਿਆਹ ਤੋਂ ਬਾਅਦ ਗੱਲ ਪੂਰੀ ਸੁਣੋ ਯੂਪੀ ਦੇ ਵਿੱਚ ਵਿਆਹ ਹੈ ਸੰਬਲ ਖੇਤਰ ਐਥੇ ਅੱਛਾ ਯੂਪੀ ਦੇ ਵਿੱਚ ਸੰਬਲ ਖੇਤਰ ਲਓ ਜੀ ਇੱਥੇ ਮੁੰਡੇ ਵਾਲੇ ਪਹੁੰਚ ਗਏ ਕੁੜੀ ਵਾਲਿਆਂ ਦੇ ਵੱਲ ਆਏ ਹਾਏ ਹਾਏ ਬਰਾਤ ਪੂਰੀ ਟਾਈਮ ਤੇ ਮੈਨਰੇ ਜੀ ਪੂਰੀ ਟਾਈਮ ਤੇ ਉੱਥੇ ਬਰਾਤ ਪਹੁੰਚੀ ਆ ਜੀ ਲਓ ਜੀ ਉਹਨਾਂ ਦੇ ਵੀ ਸਾਲਗਣੇ ਨਾਕਾ ਲਾਇਆ ਆਏ ਹਾਏ ਨਾਲ ਚੱਲ ਰਹੇ ਨੇ ਕਾਜੂ ਬਦਾਮ ਨਾਲ ਮਠਿਆਈਆਂ ਤੇ ਕਾਜੂ ਵੀ ਉਹ ਜਿਹੜੇ ਲੂਣ ਲਾਏ ਆ ਆਏ ਹੇ ਕੀ ਬਾਤ ਮਿਸ਼ਰੀ ਤੇ ਇਲਾਚੀ ਚੱਲ ਰਹੀ ਹੈ ਕਾਫੀ ਚੰਗਾ ਮੈਂ ਵੀ ਮੁੰਡੇ ਦੇ ਐ ਰੀਬਨ ਕੱਟ ਤੱਕੜਿਚ ਕਰਕੇ ਨਹੀਂ ਮਿਸ਼ਰੀ ਇਲਾਚੀ ਕਿਹੜੇ ਵਿਆਹ ਚ ਹੁੰਦੀ ਆ ਵੈਸੇ ਹੁੰਦੀ ਆ ਸਾਲੀਆਂ ਥਾਲੀ ਚ ਲਈ ਖੜੀਆਂ ਹੁੰਦੀਆਂ ਜਦੋਂ 11000 ਰੁਪਏ ਵਾਲਾ ਪਾਉਂਦੀਆਂ ਉਹ ਉਦੋਂ ਬਰਫੀ ਹੁੰਦੀ ਹੈ ਮਿਸ਼ਰੀ ਵੀ ਚੱਲਦੀ ਆ ਅੱਛਾ ਅੱਛਾ ਚਲੋ ਖੈਰ ਸਭ ਕੁਝ ਚੱਲ ਤੁਹਾਨੂੰ ਲਿਆਦਾ ਉਦਘਾਟਨ ਤੋਂ ਘਾਟਾ ਕਰਦੇ ਨਾਕਾ ਸਾਲੀਆਂ ਦਾ ਉਹਨਾਂ ਨੇ ਕਿ ਨਾਕਾ ਪਾਰ ਕਰ ਲਿਆ ਜਿਹੜੀਆਂ ਰਸਮਾਂ ਹੋਣੀਆਂ ਹੋ ਗਈਆਂ ਪਰ ਇੱਕ ਨਿੱਕੀ ਜੀ ਗੱਲ ਦੇ ਉੱਤੇ ਟੈਕਨੀਕਲ ਪ੍ਰੋਬਲਮ ਆ ਗਈ ਉੱਥੇ ਕੀ ਹੋਇਆ ਚੁਹਾਰੇ ਪਿੱਛੇ ਰੋਲਾ ਪੈ ਗਿਆ ਚੁਹਾਰੇ ਪਿੱਛੇ ਚੁਹਾਰੇ ਲੈ ਕੇ ਨਹੀਂ ਆਏ ਉਹ ਕਿੱਥੇ ਗੱਲ ਪੂਰੀ ਸੁਣੋ ਨਾ ਲਓ ਜੀ ਉੱਥੇ ਜਦੋਂ ਜਿਹੜੇ ਬਰਾਤੀ ਆ ਜਾਂ ਜਿਹੜੇ ਲਾੜੇ ਦੇਖੋ ਕਿ ਜਿਹੜੇ ਲਾੜੇ ਦੇ ਨਾਲ ਹੁੰਦੇ ਨਾ ਪੰਜ ਸੱਤ ਜਾਣੇ ਉਹਨਾਂ ਦੀ ਧੌਣ 'ਚ ਸਰਗਿਆ ਵੱਧ ਹੁੰਦਾ ਉਸ ਦਿਨ ਐਂ ਜੇ ਕਰਕੇ ਬੋਦਾ ਤਾਂ ਨਹੀਂ ਹੁੰਦਾ ਉਹਨਾਂ ਦਾ ਐਨਕ ਲਾਉਂਦੇ ਹੀ ਨਹੀਂ ਜਿਵੇਂ ਹੁਣੇ ਬਿਲਡਿੰਗ ਵਾਲੇ ਵੀਰ ਨਾਲ ਮਿਲ ਕੇ ਆਏ ਹੁੰਦੇ ਆ ਉਹ ਟਿੱਡੀ ਦੀ ਵਾਲੀ ਟਾਈ ਲਾਈ ਹੁੰਦੀ ਕਈਆਂ ਦੇ ਲਓ ਜੀ ਉਹ ਉੱਥੇ ਕਨੇਬੀ ਹਮਾਰਾ ਸ਼ੁਹਾਰੇ ਅੱਛਾ ਹਮਾਰ ਵੀ ਸ਼ੁਹਾਰੇ ਖਾਏਗਾ ਹਾਂ ਉਹ ਕਨੇਬੀ ਸ਼ੁਹਾਰੇ ਮੁੱਕ ਗਿਆ ਓਕੇ ਲਾੜੇ ਨੂੰ ਦੇ ਸਕਦੇ ਸੀਗੇ ਤੇ ਹੋਰ ਸਾਡੇ ਕੋਲੇ ਹੈ ਨਹੀਂ ਉਹ ਕਹਿੰਦੇ ਸਾਰੇ ਬਰਾਤੀ ਕਹਿੰਦੇ ਸਾਨੂੰ ਵੀ ਦੋ ਦੋ ਦਿਓ ਸ਼ਗਨਾਂ ਦੇ ਸ਼ੁਹਾਰੇ ਹੁੰਦੇ ਸਾਨੂੰ ਵੀ ਤਿੰਨ ਤਿੰਨ ਦਿਓ ਕੋਈ ਇਦਾਂ ਦਾ ਚੱਕਰ ਪੈ ਗਿਆ ਕੁੜੀ ਵਾਲੇ ਕਹਿੰਦੇ ਵੀ ਸ਼ੁਹਾਰੇ ਹੈ ਨਹੀਂਗੇ ਪਰ ਐਨੇ ਚਿਰ ਨੂੰ ਮੁੰਡੇ ਵਾਲਿਆਂ ਨੂੰ ਇੱਕ ਪੈਕਟ ਦਿਸ ਗਿਆ ਵੀ ਉਹ ਪਿਆ ਅੱਛਾ ਉਹਨਾਂ ਨੇ ਮਹਿਣਾ ਦਿੱਤਾ ਕਹਿੰਦਾ ਅੰਨੇ ਆ ਕੋਈ ਤੁਹਾਡੇ ਵਰਗਾ ਵਿੱਚ ਉੱਠਿਆ ਹੋ ਵੀ ਮੇਰੇ ਵਰਗਾ ਕੰਨ ਉੱਠਿਆ ਚਲੋ ਕੈਮਰਾਮੈਨ ਵੀ ਰੇਰ ਕੇ ਉੱਠਿਆ ਉਹਨਾਂ ਵਰਗਾ ਉਠਾ ਲੋ ਲੋ ਜੀ ਕਹਿੰਦਾ ਅੰਨੇ ਆ ਕੌਲ ਡੋਡੇ ਆ ਕਿ ਅੱਖਾਂ ਹਾਂ ਬਤ ਵੀ ਸਟੂਪਿਡ ਗਾਇਜ਼ ਇਦਾਂ ਵੀ ਬੜੀਆਂ ਤਕੜੀਆਂ ਗੱਲਾਂ ਕਹੀਆਂ ਅੱਛਾ ਲੋ ਜੀ ਕੁੜੀ ਵਾਲੇ ਨੂੰ ਆ ਕੇ ਗੁੱਸਾ ਉਹਨਾਂ ਨੇ ਥਪੜਾ ਮਾਰਿਆ ਮੂੰਹ ਤੁਹਾਡੇ ਜਾ ਕੇ ਬਣਦਾ ਸੀ ਲੋ ਜੀ ਉਸ ਤੋਂ ਬਾਅਦ ਹੁਣ ਜਿਹੜੇ ਮੁੰਡੇ ਵਾਲੇ ਆ ਉਹਨਾਂ ਦੇ ਵਿੱਚ ਥੋੜਾ ਜਿਹਾ ਜਾਗ ਗਿਆ ਹਾਂ ਵੀ ਉਹ ਇੱਜ਼ਤ ਤੇ ਲੈ ਗਏ ਵੀ 11:30 ਵਿੱਚ ਪੇੜ ਮਾਰਤੇ ਉਹਨਾਂ ਨੇ ਫੜ ਕੇ ਕੁੜੀ ਵਾਲੇ ਦੋ ਤਿੰਨ ਜਣੇ ਢਾਲੇ ਫੇਰ ਫਿਰ ਉਹਨਾਂ ਨੇ 4-5 ਇਹਨਾਂ ਦੇ ਢਟਾ ਲਏ ਹਾਂ ਇਹਨਾਂ ਨੇ 8-10 ਉਹਨਾਂ ਢਟਾ ਲਏ ਇਹ ਤਾਂ ਜੰਗ ਦਾ ਮੈਦਾਨ ਬਣ ਗਿਆ ਉਹਨਾਂ ਨੇ 15 ਵੀ ਇਹਨਾਂ ਦੇ ਢਟਾ ਲਏ ਹੁਣ ਜੀ ਉਸ ਤੋਂ ਬਾਅਦ ਆਪਸ ਦੇ ਦੋ-ਦੋ ਚਪੇੜਾ ਮਾਰ ਕੇ ਕੁੜੀ ਵਾਲੇ ਮੁੰਡੇ ਵਾਲੇ ਦੇ ਮੁੰਡੇ ਵਾਲੇ ਦੇ ਕੁੜੀ ਵਾਲੇ ਦੇ ਕਿਉਂਕਿ ਕੁੜੀ ਮੁੰਡਾ ਵੀ ਲੜਪੇ ਸੀ ਨਾ ਉੱਥੇ ਲੱਗਦਾ ਤੋ ਵੀ ਉਹ ਤਾਂ ਹੋ ਗਿਆ ਪਾਸੇ ਇੱਕ ਅੱਛਾ ਫਿਰ ਉੱਥੇ ਜਿੱਥੇ ਜੰਗ ਦਾ ਮੈਦਾਨ ਬਣਿਆ ਮੈਂ ਨਾ ਟੈਂਟ 파ੜ ਤੇ ਹਾਂ ਖੀਰੇ ਖਿਲਰੇ ਫਿਰਦੇ ਆ ਗੱਗੇ ਰਫੜਫੜ ਮਾਰਦੇ ਸਿਰ ਚੱਕ ਦੂਜੇ ਦੇ ਨਹੀਂ ਮੂਲੀਆਂ ਦੇ ਮੋਰ ਕਿੱਥੇ ਮੈਂ ਨਾ ਵੀ ਨਿਹਰਾਂ ਲਿਆਤੀਆਂ ਇਹ ਪਹਿਲਾ ਵਿਆਹ ਜਿੱਥੇ ਪੁਲਿਸ ਨੇ ਆ ਕੇ लाठी चार्ज ਕੀਤਾ ਹਾ ਕਿੰਨੀ ਮਾੜੀ ਗੱਲ ਐ ਇਹ ਪੁਲਿਸ ਨੇ लाठी चार्ज ਕੀਤਾ ਫਿਰ ਕੁੜੀ ਤੇ ਮੁੰਡੇ ਵਾਲੇ ਭੱਜੇ ਵਾਣੋ ਵਾਣੀ ਫਿਰ ਉਹ ਛਕਣਾ ਦੇ ਸਮਾਨ ਚ ਰੌਲਾ ਪੈ ਗਿਆ ਫਿਰ ਐ ਕਰਦੇ ਫਿਰਨ ਉਹ ਕੀਦਾ ਮੂੰਹ ਵੇਖ ਕੇ ਤੁਰੇ ਸੀ ਬਰਾਤ ਵੇਲੇ ਫਿਰ ਐ ਕਰਦੇ ਫਿਰ ਅਜਾ ਉਹ ਵੀ ਐ ਕਹਿੰਦੇ ਆ ਕਹਿੰਦੇ ਹੁਣੇ ਆ ਜੇ ਸਿਆਣੇ ਹੁੰਦੇ ਸ਼ੁਹਾਰੇ ਪਿੱਛੇ ਲੜਦੇ ਮੈਨੂੰ ਲੱਗਦਾ ਜੇ ਕਿਸੇ ਨੂੰ ਚੇਤੇ ਆ ਗਿਆ ਹੋਇਆ ਨਾ ਵੀ ਕੀ ਦਾ ਮੂਹ ਵੇਖ ਕੇ ਤੁਰੇ ਸੀ ਉਹਦੇ ਮਝੂਲ ਪੈ ਜਾਣੀਆਂ ਜਾ ਕੇ ਪਹਿਲਾਂ ਇਹਨੂੰ ਉਟਾਓ ਬਈ ਕਿਤੇ ਸ਼ੁਹਾਰੇ ਪਿੱਛੇ ਰੌਲਾ ਪਿਆ ਓਏ ਹੋਏ ਹੋਏ ਹਾ ਪਰ ਖਾਣੇ ਪਹੁੰਚ ਗਿਆ ਬੰਬੜਾ ਖਾਣੇ ਪਹੁੰਚ ਗਿਆ ਪੁਲਿਸ ਨੇ ਵਿੱਚ ਪੈ ਕੇ ਮਸਲਾ ਮਸਾਹਲ ਕਰਵਾਇਆ ਪਰ ਸलो ਹਾਸਾ ਖੇਡਾ ਇੱਕ ਬੰਨੇ ਟਹਿਣਾ ਸਾ ਪਰ ਕਿੰਨੀ ਮਾੜੀ ਗੱਲ ਆ ਸ਼ੁਹਾਰੇ ਨਾ ਖਾਓਗੇ ਤਾਂ ਕੀ ਹੋ ਜਾਏਗਾ ਜਾਨ ਨਿੱਕਲ ਚਲੀ ਐ ਤੇ ਇਦਾਂ ਦਾ ਕੁਝ ਤਾਂ ਪੰਜਾਬ 'ਚ ਵੀ ਹੁੰਦਾ ਤਾਨੂੰ ਚੇਤੇ ਨਹੀਂ ਤਰਨ ਤਾਰਨ ਦੇ ਵੱਲੋਂ ਖਬਰ ਆਈ ਸੀ ਤਿੰਨ ਕਿਸਾਲ ਪਹਿਲਾਂ ਹੂੰ ਇੱਥੇ ਹੁਣ ਵਿਆਹ ਵਾਲਾ ਪੈਲੈਸ ਸੀਗਾ ਤੇ ਉੱਥੇ ਜਿਵੇਂ ਟੇਬਲ ਲੱਗਾ ਤੇ ਮੁੰਡੇ ਨੇ ਕਿਹਾ ਵੇਟਰ ਨੂੰ ਰੇ ਯਾਰ ਉਹ ਕਿਤੇ ਹੋਰ ਪੰਜ ਸੱਤ ਜਣੇ ਨੇ ਹੋਰ ਬਾਜ਼ਮਾਰੀ ਹੋਣੀ ਆ ਉਹਨੇ ਉਹਦੇ ਤੇ ਚਪੇੜ ਜੜਤੀ ਅੰਨਾ ਕਦ ਨਹੀਂ ਮੱਚੀ ਮੰਗਾਈ ਤੇਰੇ ਤੋਂ ਹਾਂ ਵੀਰ ਕਦ ਨਹੀਂ ਮੁੱਕੀ ਭਈਆ ਫਲਾਨੀ ਚੀਜ਼ ਨਹੀਂ ਆਏਗੀ ਲਓ ਜੀ ਵੇਟਰਾਂ ਨੇ ਫਿਰ ਕਰ ਲਈ ਰਾਇ ਉਹਨਾਂ ਨੇ ਫੜ ਕੇ ਮੁੰਡਾ ਰਹਾ ਲਿਆ ਅੱਛਾ ਮੁੰਡੇ ਵਾਲੇ ਦੇ ਸਾਰੇ ਵੇਟਰ ਢਾਲੇ ਫਿਰ ਉੱਥੇ ਜਿਹੜੀ ਜੰਗ ਚੱਲੀ ਜਿਹੜਾ ਯੁੱਧ ਕਿੱਲਿਆ ਉੱਥੇ ਫਿਰ ਨਾ ਤਾਂ ਪਤਾ ਲੱਗਾ ਵੀ ਕਿੰਨੇ ਪੈਰਿਸ ਬੁੱਕਰ ਆਇਆ ਸੀ ਨਾ ਪਤਾ ਲੱਗਾ ਵੀ ਜਲੇਬੀਆਂ ਚਰੇਤਾ ਕੌਣ ਪਾ ਗਿਆ ਲਫੜੋ ਲਪੜੀ ਉੱਥੇ ਹੋਣ ਵਿੱਚ ਇਹ ਚਾਸ਼ਣੀਆਂ ਚ ਬੰਦੇ ਰੋੜੇ ਫਿਰਨ ਪਰ ਗਲਤ ਗੱਲ ਭੋਰਾ ਭੋਰਾ ਗੱਲਾਂ ਜੜੀਆਂ ਉਹਦੇ ਕਰਕੇ ਲੋਕਾਂ ਦਾ ਜਲੂਸ ਕਢਾ ਲੈਂਦੇ। ਮੇਰੇ ਬਾਰੇ ਬਹੁਤ ਮਾੜੀ ਗੱਲ ਆ ਟਾਣਾ ਸਾਹਿਬ ਵਿਆਹਾਂ 'ਚ ਨਾ ਅਕਸਰੇ ਵੇਖਣ ਨੂੰ ਮਿਲਦਾ ਵੀ ਜਿਹੜੇ ਜਿਹੜੀ ਧੇਰਿਆ ਮੁੰਡੇ ਵਾਲੀ ਧੇਰਾ ਕੁੜੀ ਵਾਲੀ ਧੇਰ ਉਹਨਾਂ ਨੂੰ ਕੋਈ ਸਮੱਸਿਆ ਨਹੀਂ ਹੁੰਦੀ ਪਰ ਕੋਈ ਨਾ ਕੋਈ ਤੀਜਾ ਵਿੱਚ ਐਸਾ 나ਡੂਖਾ ਬਣ ਕੇ ਆਉਂਦਾ ਨਾ ਵੀ ਉਹਦੇ ਕਰਕੇ ਸਾਰੇ ਵਿਆਹ 'ਚ ਸਿਆਪਾ ਪੈ ਜਾਂਦਾ। ਜਾਂ ਤਾਂ ਲੰਡੂ ਜੇ ਚਾਰਕ ਪੈਗ ਲਾ ਕੇ ਤਾਂ ਫੇਰ ਖਲਾਰਾ ਪਾਉਣਾ ਹੁੰਦਾ ਹੈ ਹਨਾ ਕਿਸ ਨਾ ਕਿਸੇ ਗੱਲ ਤੇ ਰੌਲਾ ਪਾਉਣਾ ਹੁੰਦਾ। ਜਾਂ ਮਿਲਣੀਆਂ ਵਾਲੇ ਕੰਬਲਾਂ ਪਿੱਛੇ ਲੜ ਪੈਣਗੇ ਜਾਂ ਅਛਵਾਰੇ ਪਿੱਛੇ ਲੜ ਪਏ ਆ ਵੀ ਹੱਦ ਹੋ ਗਈ। ਨਾ ਵੀ ਮਿਲੂਗਾ ਛਵਾਰਾ ਤੇ ਕੀ ਹੋ ਜੂਗਾ 500 ਰੁਪਏ ਦੇ ਛਵਾਰੇ ਲੈ ਹੁਣ ਨਾ ਤੇ ਪੂਰਾ ਸਿਆਲ ਕੱਢ ਜਾਂਦੇ ਆ ਤੁਸੀਂ ਦੋ ਪਾਖੇ ਖਾਣੇ ਆ ਨਾ ਨਾਲੇ ਸੇਵਾ ਤਾਂ ਲਾੜੇ ਦੀ ਹੋਣੀ ਚਾਹੀਦੀ ਉਹ ਤੇ ਮਾਪਿਆਂ ਦੀ ਹੋਣੀ ਚਾਹੀਦੀ ਆ ਐਵੇਂ ਵਿੱਚੇ ਤੁਰੇ ਫਿਰਦੇ ਹੁੰਦੇ ਆ ਤੇ ਫਿਰ ਉਹ ਐ ਹੀ ਆ ਨਾ ਰੁਪਈਆ 150 ਹੀ ਪਾਉਣਾ ਨੇ ਲਫਾਫੇ ਚ ਕਈ ਤਾਂ ਉਹ ਵੀ ਨਹੀਂ ਪਾਉਂਦੇ ਪਾਉਣਾ ਹੀ ਨਹੀਂ ਚਾਹੀਦਾ ਇਹ ਤਾਂ ਕਲੇਸ਼ ਪਾਉਂਦੇ ਆ ਹਾਂ ਉਹ ਆ ਵੀ ਹਾਜ਼ਰ ਹੈ ਚੰਚੀ ਦਾ ਵੀ ਚਾਹ ਟਿਆਣਾ ਸਾਹਿਬ 50 ਰੁਪਏ ਪਿੱਛੇ ਹੂੰ ਕਦੇ ਰੋਲਾ ਵੱਡਾ ਵੀ ਪੈ ਸਕਦਾ ਸੂਬਿਆਂ ਦਾ ਵੀ ਪੈ ਸਕਦਾ 50 ਰੁਪਏ ਪਿੱਛੇ ਤਾਂ ਨਿਆਣੇ ਨਹੀਂ ਅੱਜਕੱਲ ਰੋਲਾ ਪਾਉਂਦਾ ਹੂੰ ਉਹ ਵੀ ਕਹਿੰਦਾ 500 ਦੋਗੇ ਹੂੰ ਤੇ ਤੋਂ ਠੀਕ ਹੈ ਵਰਨਾ ਮੈਂ ਆਪ ਦਾ ਬੇਟਾ ਹੀ ਨਹੀਂ ਹੈ ਬਥੇਰੇ ਨਿਆਣੇ ਅੱਜਕੱਲ ਮਛਰੇ ਬਈ ਅੱਜਕੱਲ ਨਿਆਣੇ ਬਹੁਤ ਕੁਝ ਕਹਿੰਦੇ ਆ ਪਰ ਇਹ ਗੱਲ ਨਿਆਣਿਆਂ ਦੀ ਨਹੀਂ ਸਿਆਣਿਆਂ ਦੀ ਹੈ ਪਰੇ ਸਿਆਣੇ ਕੌਮੇ ਦੇ ਵਿੱਚ ਨੇ ਕਿਉਂਕਿ ਇਹਨਾਂ ਨੇ ਕੰਮ ਸਿਆਣੇ ਵਾਲਾ ਨਹੀਂ ਕੀਤਾ 50 ਰੁਪਈਆ ਪਿੱਛੇ ਦੋਹਾਂ ਸੂਬਿਆਂ ਦੀ ਪੁਲਿਸ ਆਪਸ ਦੇ ਵਿੱਚ ਉਲਝੀ ਪਈ ਹੈ ਵਜ੍ਹਾ ਵਜ੍ਹਾ ਇਹ ਹੈ ਕਿ ਜਿਵੇਂ ਸਭ ਤੁਹਾਨੂੰ ਪਤਾ ਹੋਊਗਾ ਪੁਲਿਸ ਮੁਲਾਜ਼ਮ ਜਿਹੜੇ ਆ ਉਹਨਾਂ ਦੀ ਟਿਕਟ ਨਹੀਂ ਲੱਗਦੀ ਪਰ ਉਹ ਜੇਕਰ ਆਪਣੇ ਸੂਬੇ ਦੇ ਵਿੱਚ ਆਪਣੀ ਸਰਕਾਰੀ ਬੱਸ ਦੇ ਵਿੱਚ ਸਫ਼ਰ ਕਰਨ ਤਾਂ ਮੈਨੂੰ ਨਹੀਂ ਪਤਾ ਕਿਉਂ ਨਹੀਂ ਲੱਗਦੀ ਇਹ ਲੱਗਣੀ ਚਾਹੀਦੀ ਹੈ ਵੈਸੇ ਪਰ ਤੁਸੀਂ ਹੈਰਾਨ ਹੋਗੇ ਕਿ ਵੇਖਿਆ ਵੈਸੇ ਹੀ ਹਾਂ ਚਲੋ ਖੈਰ ਇਸ ਵਾਲੇ ਪਾਸੇ ਨਹੀਂ ਆਪਾਂ ਜਾਂਦੇ ਸੋ ਇੱਕ ਬੀਬੀ ਜਿਹੜੀ ਕਿ ਪੁਲਿਸ ਮੁਲਾਜ਼ਮ ਆ ਤੇ ਉਹ Rajasthan Roadways ਦੇ ਵਿੱਚ ਸਫ਼ਰ ਕਰ ਰਹੀ ਹੈ ਪਰ ਉਹ ਹਰਿਆਣਾ ਦੀ ਪੁਲਿਸ ਮੁਲਾਜ਼ਮ ਹੈ ਜੀ ਹੁਣ ਜਦੋਂ ਉਹਨੇ ਬੱਸ ਦੇ ਵਿੱਚ ਸਫ਼ਰ ਕੀਤਾ ਤੇ ਜਿਹੜਾ ਕੰਡਕਟਰ ਵੀਰ ਹੈ ਉਹ ਕਹਿੰਦਾ ਵੀ ਤੁਹਾਡੀ ਭਾਈ ਟਿਕਟ ਲੱਗੂਗੀ ਬੀਬੀ ਕਹਿੰਦੀ ਮੈਂ ਤਾਂ ਮੁਲਾਜ਼ਮ ਹਾਂ ਉਹ ਕਹਿੰਦਾ ਦੇਖੋ ਇਹ Rajasthan Roadways ਆ ਇਹ Haryana Roadways ਨਹੀਂ ਆ ਤੁਸੀਂ ਹਰਿਆਣੇ ਚ ਪੁਲਿਸ ਮੁਲਾਜ਼ਮ ਹੋ ਇਸ ਲਈ Rajasthan Roadways ਦਾ ਤੁਹਾਨੂੰ ਟਿਕਟ ਲੈਣੀ ਪਊਗੀ ਬੀਬੀ ਕਹਿੰਦੀ ਐ ਕਿ ਮੈਂ ਲੈਣੀ ਪਊਗੀ ਨਾ ਨੋ ਟਿਕਟ ਉਹ ਕਹਿੰਦਾ ਲੱਗੂ ਟਿਕਟ ਉਹ ਕਹਿੰਦੀ ਨਹੀਂ ਲਵਾਂਗੀ ਟਿਕਟ ਉਹ ਕਹਿੰਦਾ ਲੱਗੂ ਟਿਕਟ ਤੇ ਅਗਲੇ ਨੇ ਟਿਕਟ ਕੱਟਤੀ ਅੱਛਾ ਉਹਨੇ 50 ਰੁਪਏ ਦਿੱਤੇ ਬੀਬੀ ਨੇ ਹੂੰ ਤੇ ਉਹਨੇ ਟਿਕਟ ਕੱਟਤੀ ਕੰਡਕਟਰ ਨੇ ਕਿ ਬਹਿਸ ਬਹੁਤ ਜ਼ਿਆਦਾ ਹੋਈ ਫਿਰ ਹਾਰ ਕੇ ਬੀਬੀ ਨੂੰ 50 ਰੁਪਏ ਦੇਣੇ ਪਏ ਤੇ ਟਿਕਟ ਜਿਹੜੀ ਆ ਕੰਡਕਟਰ ਨੇ ਬੀਬੀ ਦੇ ਹੱਥ ਚ ਫੜਾ ਪਰ ਉਹਦੇ ਮਨ ਦੇ ਵਿੱਚ ਗੁੱਸਾ ਰੱਖਿਆ ਬੀਬੀ ਨੇ ਪੂਰੀ ਈਰਖਾ ਰੱਖੀ ਤੇ ਆ ਕੇ ਜਿਹੜੇ ਆਪਣੇ ਜਿਹੜੇ ਪੁਲਿਸ ਮੁਲਾਜ਼ਮ ਨੇ ਉੱਚ ਅਧਿਕਾਰੀ ਨੇ ਉਹਨਾਂ ਨੂੰ ਆ ਕੇ ਸ਼ਿਕਾਇਤ ਕੀਤੀ ਭਾਈ ਮੇਰੇ ਨਾਲ ਬਤਮੀਜ਼ੀ ਹੋਈ ਹੈ ਬਦਸਲੂਕੀ ਕਰਤੀ ਬਦਸਲੂਕੀ ਕੀਤੀ ਮੇਰੀ ਬੇਇੱਜ਼ਤੀ ਕੀਤੀ ਇਹਨਾਂ ਨੇ ਮੇ ਤੋਂ ਟਿਕਟ ਦੇ ਪੈਸੇ ਲੈ ਲੇ ਹੂੰ ਤੇ ਹੁਣ ਰੌਲਾ ਧੋਣਾ ਸੂਬਿਆਂ ਹਰਿਆਣਾ ਦੀ ਪੁਲਿਸ ਜਿਹੜੀ ਉਹ ਰਾਜਸਥਾਨ ਰੋਡਵੇਜ਼ ਦੀਆਂ ਬੱਸਾਂ ਦੇ ਚਲਾਨ ਕੱਟਣ ਲੱਗ ਪਈ ਸਹੀ ਤੇ ਜਿਹੜੀ ਰਾਜਸਥਾਨ ਦੀ ਪੁਲਿਸ ਆ ਉਹ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਦੇ ਚਲਾਨ ਕੱਟੀ ਜਾਂਦੀ ਆ ਆ ਅੱਜ ਹੀ ਖਬਰ ਆਈ ਆ ਹਰਿਆਣਾ ਰੋਡਵੇਜ਼ ਦੀ ਬੱਸ ਰਾਜਸਥਾਨ ਵੱਲ ਗਈ 7000 ਦਾ ਚਲਾਨ ਕੱਟ ਕੇ ਕਹਿੰਦੇ ਆ ਲੋ ਗਿਫਟ ਆ ਤੁਹਾਨੂੰ ਦਵਾਲੀ ਦਾ ਹਾਂ ਤੇ ਰੌਲਾ ਕੀ ਆ ਰੌਲਾ ਇਹ ਵੀ ਜਦੋਂ ਸਾਡੀ ਪੁਲਿਸ ਮੁਲਾਜ਼ਮ ਬੈਠੀ ਸੀ ਤੁਸੀਂ ਬੇਇੱਜ਼ਤ ਕਿਵੇਂ ਕੀਤਾ ਪੰਜਾਹ ਰੁਪਈਆ ਪਿੱਛੇ ਹੁਣ ਤੱਕ ਦਰਜਨਾ ਬਸਾਂ ਦੇ ਚਲਾਣ ਐਵੇਂ ਘਟਤੇ ਚਲੋ ਤੇ ਹੁਣ ਜਿਹੜੇ ਹਰਿਆਣੇ ਦੇ ਕੈਬਨਿਟ ਮੰਤਰੀ ਆ ਅਨਿਲ ਵਿਜ ਉਹਨਾਂ ਨੇ ਕਿਹਾ ਜੀ ਕਿ ਦੋਵਾਂ ਸੂਬਿਆਂ ਦੇ ਰੋਡਵੇਸ ਦੇ ਮੁਲਾਜ਼ਮਾਂ ਪੁਲਿਸ ਅਧਿਕਾਰੀਆਂ ਦਾ ਮਸਲਾ ਲਗਭਗ ਹੱਲ ਹੋ ਗਿਆ ਹੁਣ ਕੋਈ ਐਡਾ ਬਿਵਾਦ ਨਹੀਂ ਪਰ ਪੰਜਾਹ ਰੁਪਈਆ ਪਿੱਛੇ ਦੋ ਸੂਬੇ ਆਪਸ ਚ ਲੜਪੈਣ ਗਵਾਂਢੀ ਸੂਬੇ ਆਪਸ ਦੇ ਵਿੱਚ ਲੜਪੈਣ ਮਾੜੀ ਗੱਲ ਤਤਵਾਈਆਂ ਉੱਠੜੀਆਂ ਨਾ ਨਹੀਂ ਪਰ ਟਾਣਾ ਸਾਹਿਬ ਕੀ ਕੀ ਫਰਕ ਪੈਂਦਾ ਜਾਂ ਤਾਂ ਹੋਵੇ ਕੰਡਕਟਰ ਨੇ ਉਹ ਪੈਸੇ ਲੈ ਕੇ ਆਪਦੀ ਜੇਬ ਚ ਪਾ ਲੇ ਫਿਰ ਆਪਾਂ ਉਹਨੂੰ ਗਲਤ ਕਹੀਏ ਵੀ ਭਾਈ ਇਹਨੇ ਟਿਕਟ ਜਿਹੜੀ ਉਹ ਨਹੀਂ ਦਿੱਤੀ ਇਹਨੇ ਪੈਸੇ ਲੈ ਕੇ ਜੇਬ ਚ ਪਾ ਲੇ ਹਨਾ ਜਦ ਉਹਨੇ ਟਿਕਟ ਕੱਟੀ ਤੇ 50 ਰੁਪਈਆ ਦੀ ਜੇ ਆਪਾਂ ਟਿਕਟ ਲੈ ਵੀ ਲਈ ਤੇ ਕੀ ਫਰਕ ਪੈਂਦਾ ਵੀ ਹਾਂ ਬੋਲਕ ਬੋਲ ਨਹੀਂ ਹੋਣਾ ਚਾਹੀਦਾ ਕੋਈ ਕਿਸੇ ਦੀ ਇੱਜ਼ਤ ਦੇ ਖਿਲਾਫ ਕੋਈ ਗੱਲ ਨਾ ਕਹਵੇ ਦੋਵਾਂ ਦੇ ਵਿੱਚੋਂ ਕੋਈ ਵੀ ਨਾ ਕਹਵੇ ਪਰ 50 ਰੁਪਈਆ ਪਿੱਛੇ ਤੁਸੀਂ ਇੰਨਾ ਰੌਲਾ ਪਾ ਲਿਆ ਇਹ ਗੱਲ ਜਿਹੜੀ ਐ ਕੀ ਤੋਂ ਕੀ ਬਣਾ ਦਿੱਤੀ ਕੀ ਫਾਇਦਾ ਤੁਸੀਂ ਨੇ ਵੇਖਿਆ ਪਿੱਛੇ ਜੇ ਪੰਜਾਬ ਦੀ ਇੱਕ ਵੀਡੀਓ ਵਾਇਰਲ ਹੋਈ ਹੂੰ ਉਹਦੇ ਵਿੱਚ ਵੀ ਇੱਕ ਬੀਬੀ ਆ ਜਿਹੜੀ ਉਹ ਮੇਰੇ ਕੋਲ 20-30 ਰੁਪਈਆ ਦੀ ਟਿਕਟ ਪਿੱਛੇ ਲੜਾਈ ਲੜ ਰਹੀ ਆ ਹਾਂਜੀ ਉਹ ਬੀਬੀ ਪੂਰੇ ਸਟਾਈਲ ਮਾਰ ਮਾਰ ਗੱਲ ਕਰਦੀ ਆ ਤੇ ਬੀਬੀ ਦੇ ਬੈਗ ਦੇ ਵਿੱਚ ਝੋਲੇ ਦੇ ਵਿੱਚ ਕੀਮਤੀ ਸਮਾਨ ਵੀ ਆ ਹੂੰ 30 ਰੁਪਈਆ ਪਿੱਛੇ ਕਹਿੰਦੀ ਵੀ ਨਾ ਉਹ ਕਹਿੰਦਾ ਤੁਸੀਂ ਆਪਣਾ ਆਧਾਰ ਕਾਰਡ ਦੇ ਦਿਓ ਬੀਬੀ ਜੀ ਫੇਰ ਤਾਂ ਮੈਂ ਤੁਹਾਡੀ ਟਿਕਟ ਨਹੀਂ ਲਵਾਂਗਾ ਹੂੰ ਪਰ ਜੇ ਆਧਾਰ ਕਾਰਡ ਹੈ ਨਹੀਂ ਤੁਸੀਂ ਭਾਵੇਂ ਪੰਜਾਬ ਦੇ ਹੋ ਨਿਯਮਾਂ ਦੇ ਮੁਤਾਬਕ ਜੇਕਰ ਤੁਸੀਂ ਸਹੀ ਨਹੀਂ ਤੇ ਫਿਰ ਤੁਸੀਂ ਟਿਕਟ ਹਟਾਓ 30 ਰੁਪਈਆ ਦੀ ਗੱਲ ਆ ਸਹੀ ਐਡਾ ਤਕੜਾ ਸਟਾਈਲ ਮਾਰਦੇ ਤੁਸੀਂ ਕਹਿੰਦੇ ਨਾ ਤੁਸੀਂ ਔਰਤਾਂ ਦੀ ਇੱਜ਼ਤ ਨਹੀਂ ਕਰਨੀ ਜਾਣਦੇ ਉਹ ਕਹਿੰਦਾ ਇੱਜ਼ਤ ਵੱਖਰੀ ਗੱਲ ਆ ਟਿਕ ਟਕ ਵੱਖਰੀ ਗੱਲ ਆ ਅਸੂਲ ਹੈ ਕਹਿੰਦੇ ਨਾ ਔਰਤ ਦੇ ਸਨਮਾਨ ਨੂੰ ਸੱਟ ਮਾਰੀਏ ਉਹ ਕਹਿੰਦਾ ਸਨਮਾਨ 30 ਰੁਪਏ ਚ ਕਿਵੇਂ ਫਸਿਆ ਹੋ ਸਕਦਾ ਹੱਦ ਹੋ ਗਈ ਉਹ ਕਹਿੰਦਾ ਬਹਾਨਾ ਨਾ ਬਣਾਓ ਭੈਣ ਜੀ ਮੈਨੂੰ ਪਤਾ ਵੀ ਤੁਸੀਂ ਐਂਡ ਵਾਲੀ ਗੱਲ ਕਿਹੜੀ ਕਹਿਣੀ ਹੈ ਕਿਰਪਾ ਕਰਕੇ 30 ਰੁਪਏ ਦੇ ਦਿਓ ਹਾਂ ਨਾ ਜੀ ਬੀਬੀ ਕਹਿੰਦੀ ਮੈਂ ਸੜਕ ਤੇ ਲਿਟਣ ਲੱਗ ਜਾਂ ਭਾਵੇਂ ਮੈਨੂੰ ਸੂਟ 500 ਦਾ ਡਰਾਈ ਕਲੀਨ ਕਰਾਉਣਾ ਪਵੇ ਭਾਵੇਂ ਮੇਰੇ ਅੱਡੀਆਂ ਕੂਚੀਆਂ ਜਾਣ ਇੱਥੇ ਹੀ ਆਏ ਮੈਂ ਰਗਣੂ ਇੱਥੇ ਹੀ ਤੋਆ ਪਟਦੂ ਵਿੱਚ ਲਟ ਲਟਕੇ ਸੜਕੇ ਪਰ ਨਾ 30 ਰੁਪਏ ਨਹੀਂ ਲੈਣੇ ਹਾਂ ਕਹਿੰਦੀ ਮੈਂ ਤਖੜੇ ਘਰਾਂ ਤੂੰ ਤਖੜੇ ਘਰੋਂ 30 ਰੁਪਏ ਖਰਚ ਦੀ ਨੂੰ ਕੀ ਹੁੰਦੇ ਆਖਰੇ ਤਿੰਨੇ ਵਾ ਕਾਡੂ ਖਾ ਜਾਂਦੀ ਹੋਣੀ ਇਹ ਕੀ ਖਾਏ ਇਹ ਵਾ ਕਾਡੂ ਵਾ ਕਾਡੂ ਨਹੀਂ ਹੈ ਜੋ ਵੀ ਆ ਇਹ ਵਾ ਕਾਡੂ ਜੋ ਵੀ ਹੁੰਦਾ ਆਥੜੇ ਤਿੰਨ ਚਾਰ ਐਵਾ ਕਟੂ ਖਾਜੂ ਪਰ 30 ਰੁਪਏ ਕਿਹੜੀ ਦੜੇ ਉਹਨੇ ਹਾਂ ਉਹ ਤੋਂ ਸਾਰੇ ਹੁੰਦੇ ਕੋਈ ਮਹਿੰਗਾ ਬਰੂਟ ਕਰਨੇ ਆ 1300 ਰੁਪਏ ਕਿਲੋ ਉਹ ਅਜਲੰਦਰ ਨਹੀਂ ਕਿਸੇ ਮੰਡੀ ਚ ਜਾ ਕੇ ਪੁੱਛੋ ਸਹੀ ਗੱਲ ਆ ਚਾਰ ਪੰਜ ਚੜਦੇ ਆ 900 ਦੇ ਛਕ ਜੂ ਹਾਂ ਤੇ 30 ਨਹੀਂ ਦਿੰਦੀ ਆ ਵੀ ਹੱਦ ਹੋ ਗਈ ਤੁਹਾਡੇ ਵਾਲੀ ਪਤਾ ਨਹੀਂ ਕਿਹੜੀ 30 ਰੁਪਈਆ ਦੇ ਵਿੱਚ ਕਿਹੜਾ ਸਨਮਾਨ ਫਸਿਆ ਉਦੋਂ ਜੋ ਕਰੀਏ ਹਮ ਤਾਂ ਸੀਤਾ ਫਲੀ ਖਾਤੇ ਹਾਂ ਸੀਤਾ ਫਲ ਦੀ ਗੱਲ ਨਹੀਂ ਕਰਨੀ ਕਿਉਂ ਨੋ ਹਮ ਤੋ ਇਹ ਡ੍ਰੈਗਨ ਫਰੂਟ ਹੀ ਖਾਤੇ ਹੈ ਗੁਲਾਬੀ ਰੰਗ ਦਾ ਇਹ ਵੀ ਠੀਕ ਹੈ ਫਿਰ 100 ਗੱਲਾਂ ਉਦੋਂ ਕਰਨਗੇ ਤੇ ਹੁਣ 30 ਰੁਪਏ ਦੇ ਦੋ ਮਰੋ ਆ ਵੀ ਜਿੱਥੇ ਬਣਦੇ ਉੱਥੇ ਖਰਚਣੇ ਹੀ ਪੈਣੇ ਹੱਦ ਹੁੰਦੀ ਆ ਜ਼ਿੱਦ ਵੀ ਥਾਂ ਥਾਂ ਦੀ ਹੁੰਦੀ ਆ ਇਹ ਥੋੜੀ ਆ ਵੀ ਤੁਸੀਂ ਰੌਲਾ ਹੀ ਪਾਈ ਛੱਡੋ ਜਿਹੜੀ ਗੱਲ ਵਾਜਬ ਆ ਉਹ ਵਾਜਬ ਹੀ ਰਹਿਣ ਜਾਂ ਕੁਛ ਨਹੀਂ ਘਟ ਚੱਲਿਆ ਜੇ ਅਪ 50 ਰੁਪਏ 30 ਰੁਪਏ ਦੇ ਦਾਂਗੇ ਕੀ ਫਰਕ ਪੈਂਦਾ ਪਰ ਨਹੀਂ ਸਹੀ ਗੱਲ ਲਿਟਣਾ ਹੂੰ ਉਹ ਵੀ ਹਾਜ਼ਰ ਹੈ ਚੰਚ ਦਾ ਵੀ ਚਾਹ ਕ੍ਰਾਈਮ ਸ਼ਾਹ ਟੀਵੀ ਤੇ ਵਕਫਤੋਬਾਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਚਾਹੀਦਾ ਵਿਚਾਰ ਦੇਖ ਰਹੇ ਹੋ ਤੁਸੀਂ ਮੈਂ ਹਰਮਨ ਥਿੰਦ ਮੇਰੇ ਨਾਲ ਨੇ ਸਵਰਨ ਸਿੰਘ ਟਾਣਾ ਤੇ ਹੁਣ ਅਗਲੀ ਖਬਰਾਂ ਵੱਲ ਵਧੀਏ ਟਾਣਾ ਸਾਹਿਬ ਬਿਲਕੁਲ ਟਾਣਾ ਸਾਹਿਬ ਬੀਬੀ ਜਗੀਰ ਕੌਰ ਬਹੁਤ ਗੁੱਸੇ ਦੇ ਵਿੱਚ ਨੇ ਤੇ ਕਈ ਤਿੱਖੀਆਂ ਗੱਲਾਂ ਉਹਨਾਂ ਨੇ ਗੁੱਸੇ ਦੇ ਵਿੱਚ ਕਹਿ ਦਿੱਤੀਆਂ ਜਿਨ੍ਹਾਂ ਨੂੰ ਲੈ ਕੇ ਅੱਗੇ ਰੌਲਾ ਬਹੁਤ ਜ਼ਿਆਦਾ ਪੈ ਗਿਆ ਦੇਖੋ ਕੱਲ ਆਪਾਂ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀ ਕਿ ਬੀਬੀ ਜਗੀਰ ਕੌਰ ਹਾਰ ਗਏ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਜਿੱਤ ਗਏ ਚੌਥੀ ਵਾਰ ਲਗਾਤਾਰ ਉਹ ਸ਼੍ਰੋਮਣੀ ਕਮੇਟੀ ਦੇ ਪ੍ਰ ਤੇ ਸਭ ਨੂੰ ਸਭ ਦਾ ਹੀ ਕਰਨਾ ਚਾਹੀਦਾ ਗੱਲ ਇਹ ਆ ਹਾਰਨਾ ਜਿਤਨਾ ਬਾਦ ਦੀਆਂ ਗੱਲਾਂ ਬੀਬੀ ਜਗੀਰਕੌਰ ਨੇ ਮੈਦਾਨ ਦੇ ਵਿੱਚ ਆ ਕੇ ਆਪਦੀ ਭੂਮਿਕਾ ਤਾਂ ਨਿਭਾਈ ਨਾ ਭਾਵੇਂ 33 ਵੋਟਾਂ ਪਈਆਂ ਪਰ ਹੋਰ ਮੈਦਾਨ ਦੇ ਵਿੱਚ ਹੈ ਵੀ ਤਾਂ ਕੋਈ ਨਹੀਂ ਸੀ ਸਹੀ ਇਹ ਜੇਰਾ ਕੱਢ ਕੇ ਉਹ ਖੜੇ ਤੇ ਲੜੇ ਤੇ ਹਾਰ ਗਏ ਚਲੋ ਉਹ ਬਾਦ ਦੀਆਂ ਗੱਲਾਂ ਪਰ ਉਹਨਾਂ ਨੇ ਹਾਰਨ ਤੋਂ ਬਾਅਦ ਇੱਕ ਗੱਲ ਕਹੀ ਉਹ ਕਹਿੰਦੇ ਵੀ ਸ਼੍ਰੋਮਣੀ ਕਮੇਟੀ ਮੈਂਬਰਾਂ ਦੀਆਂ ਜ਼ਮੀਰਾਂ ਮਰ ਗਈਆਂ ਇਹ ਲਾਸ਼ਾਂ ਇਹ ਹੋਰ ਕੁਝ ਨਹੀਂ ਜੀ ਇਹ ਸ਼੍ਰੋਮਣੀ ਕਮੇਟੀ ਚੋਣਾਂ ਦੁਬਾਰਾ ਹੋਣ ਤਾਂ ਇਹਨਾਂ ਨੂੰ ਪਰੇ ਕੀਤਾ ਜਾ ਸਕੂਗਾ ਨਹੀਂ ਤਾਂ ਇਹਨਾਂ ਲਾਸ਼ਾਂ ਨੇ ਕੁਝ ਨਹੀਂ ਸਵਰਨ ਦੇਣਾ ਏ ਜੀ ਗੋਲਕਾਂ ਖਾ ਗਏ ਇਹਨਾਂ ਨੇ ਆ ਆ ਕੁਝ ਕੀਤਾ ਇਦਾਂ ਹੁਣ ਇਸ ਗੱਲ ਦੇ ਉੱਤੇ ਅਕਾਲੀ ਦਲ ਦੇ ਕਈ ਲੋਕਾਂ ਨੇ ਜਵਾਬ ਦਿੱਤਾ ਉਹ ਕਹਿੰਦੇ ਵੀ ਤੁਸੀਂ ਐ ਕਿਉਂ ਕਹਿੰਦੇ ਹੋ ਬੀਬੀ ਜੀ ਅਸੀਂ ਤੁਹਾਡਾ ਵੀ ਸਤਿਕਾਰ ਕਰਦੇ ਆ ਇਹ ਜ਼ਮੀਰਾਂ ਜਾਗਦੀਆਂ ਸੀ ਤੈਨੂੰ ਤਾਂ ਸਾਨੂੰ 107 ਵੋਟਾਂ ਪਈਆਂ ਉਹਨਾਂ ਨੇ ਆ ਗੱਲ ਕਹੀ ਆ ਵੇਨੇ ਪਾਈ ਕੀ ਬਣਦਾ ਪਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਐਡਵੋਕੇਟ ਧਾਮੀ ਦੇ ਪੱਖ ਦੇ ਵਿੱਚ ਜਾਣ ਤੋਂ ਬਾਅਦ ਦੋ ਤਿੰਨ ਧਿਰਾਂ ਨੂੰ ਸੁਖ ਦਾ ਸਾਹ ਆਇਆ ਹਮ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਵੀ ਸਹੀ ਸਮੁੱਚੇ ਅਕਾਲੀ ਦਲ ਨੂੰ ਵੀ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਨੂੰ ਵੀ ਜੇਕ ਤੇ ਚੋਣ ਦੂਜੇ ਪਾਸੇ ਚਲੇ ਜਾਂਦੀ ਤੇ ਫਿਰ ਕੁਝ ਨਹੀਂ ਸੀ ਪੜਪੱਲੇ ਰਹਿਣਾ ਬਿਲਕੁਲ ਸਹੀ ਕਹਿਿਆ ਤੁਸੀਂ ਟਾਣਾ ਸਾਹਿਬ ਦੇਖੋ ਨਤੀਜਾ ਸਾਹਮਣੇ ਆ ਗਿਆ ਜਿਨ੍ਹਾਂ ਨੇ ਜਿਹੜੇ ਵਾਲੇ ਪਾਸੇ ਭੁਗਤਣਾ ਸੀ ਉਹ ਭੁਗਤ ਗਏ ਹਨ ਪਰ ਤਿੱਖੀਆਂ ਗੱਲਾਂ ਕਿਸੇ ਨੂੰ ਵੀ ਨਹੀਂ ਕਰਨੀਆਂ ਚਾਹੀਦੀਆਂ ਚਾਹੇ ਕੋਈ ਵੀ ਹੋਵੇ ਆਮ ਵੀ ਆਪਾਂ ਵੋਟਾਂ ਦੀ ਗੱਲ ਕਰ ਲਈ ਆਮ ਆਪਾਂ ਵੇਖਿਆ ਆ ਸਰਪੰਚੀ ਦੀ ਗੱਲ ਕਰ ਲੋ ਹੁਣੇ-ਹੁਣੇ ਚੋਣਾਂ ਹੋ ਕੇ ਹਟੀਆਂ ਨੇ ਤੇ ਉਸ ਵੇਲੇ ਬਹੁਤ ਸਾਰੀਆਂ ਵੀਡੀਓਜ਼ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਈਆਂ ਵੀ ਠੀਕ ਹੈ ਜਿੱਤ ਹਾਰ ਬਣੀ ਹੋਈ ਹੈ ਇੱਕ ਨੇ ਜਿੱਤਣਾ ਬਾਕੀਆਂ ਨੇ ਹਾਰਨਾ ਹੈ ਹਨਾ ਤੇ ਇਸ ਜਿੱਤ ਨੂੰ ਵੀ ਹਜ਼ਮ ਕਰਨ ਦਾ ਮਿਹਦਾ ਹੋਣਾ ਚਾਹੀਦਾ ਤੁਹਾਡੇ ਕੋਲ ਤੁਹਾਡੇ ਕੋਲ ਜਜ਼ਬਾ ਹੋਣਾ ਚਾਹੀਦਾ ਵੀ ਤੁਸੀਂ ਜਿੱਤ ਨੂੰ ਵੀ ਹਜ਼ਮ ਕਰ ਹਾਰ ਨੂੰ ਵੀ ਵੀ ਠੀਕ ਹੈ ਉਹਨੂੰ ਵੀ ਹਾਂ ਪੱਕੀ ਲੋ ਵੀ ਕੋਈ ਗੱਲ ਨਹੀਂ ਅਗਲੀ ਵਾਰ ਹੋਰ ਮਿਹਨਤ ਕਰ ਲਾਂਗੇ ਕੋਈ ਪਤਾ ਨਹੀਂ ਇਹ ਜਿੱਤ ਕੋਈ ਹਮੇਸ਼ਾ ਲਈ ਪੱਕੀ ਥੋੜੀ ਹੁੰਦੀ ਹੈ ਜਿਹੜਾ ਬੰਦਾ ਹਾਰਿਆ ਹੈ ਬੰਦੇ ਡਿਗ ਡਿਗ ਕੇ ਸਵਾਰ ਹੁੰਦੇ ਨੇ ਉਹ ਵੀ ਇੱਕ ਨਾ ਇੱਕ ਦਿਨ ਤਾਂ ਜਿੱਤੂਗਾ ਕੋਈ ਪਤਾ ਨਹੀਂ ਕਦੋਂ ਸਮਾਂ ਜਿਹੜਾ ਉਹ ਬਾਜ਼ੀ ਖਾ ਜਾਵੇ ਸੋ ਇਸ ਲਈ ਜਿੱਤਣ ਵਾਲਾ ਜਿਹੜਾ ਉਹ ਵੀ ਬਹੁਤਾ ਉੱਪਰ ਨੂੰ ਨਾ ਵੇਖੇ ਤੇ ਹਾਰਨ ਵਾਲਾ ਵੀ ਬਹੁਤਾ ਨਿਰਾਸ਼ਾ ਦੇ ਵਿੱਚ ਨਾ ਆਵੇ ਜਿੱਤ ਹਾਰ ਬਣੀ ਹੁੰਦੀ ਪਰ ਇੱਕ ਗੱਲ ਹੋਰ ਦੱਸਦਾ ਵੀ ਇਸ ਸਾਰੇ ਵਰਤਾਰੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਚਾਰਾਂ ਸੀਟਾਂ ਦੇ ਜਿਹੜੇ ਵਰਕਰ ਆ ਹੂੰ ਬਰਨਾਲਾ ਗਿੱਦੜਬਾਹਾ ਡੇਰਾ ਬਾਬਾ ਨਾਨਕ ਤੇ ਚੱਬੇਵਾਲ ਜਿਹੜੇ ਅਕਾਲੀ ਦਲ ਨੂੰ ਹੀ ਵੋਟਾਂ ਪਾਉਂਦੇ ਸੀ ਤਕੜੀ ਨੂੰ ਹੀ ਉਹ ਵਿਚਾਰੇ ਬੜੇ ਸ਼ਸ਼ੋਪੰਜ ਦੇ ਵਿੱਚ ਆ ਉਹ ਕਹਿੰਦੇ ਵੀ ਯਾਰ ਐਤਕੀ ਸਾਡੀ ਪਾਰਟੀ ਨੇ ਤੇ ਚੋਣ ਲੜਨ ਤੋਂ ਨਾ ਕਰਤੀ ਹੂੰ ਹੂੰ ਕਾਂਗਰਸ ਦਾ ਨੂੰ ਅਸੀਂ ਅਜੇ ਤੱਕ ਵੋਟ ਪਾਈ ਨਹੀਂ ਬੀਜੇਪੀ ਨੂੰ ਪਾਈਏ ਕਿਵੇਂ ਅਸੀਂ ਕਿਸਾਨ ਆ ਆਪ ਦੇ ਨਾਲ ਸਾਡਾ ਕਨੂਰਾ ਨਹੀਂ ਮਿਲ ਖਾਦਾ ਤੇ ਭਾਈ ਹੁਣ ਅਸੀਂ ਕਿਹਨੂੰ ਵੋਟ ਪਾਗੇ ਉਹ ਵਿਚਾਰੇ ਆਪ ਸ਼ਸ਼ੋਪੰਜ ਦੇ ਵਿੱਚ ਪਏ ਆ ਵੀ ਯਾਰ ਐਤਕੀ ਕਿਵੇਂ ਕਰਗੇ ਪਤਾ ਨਹੀਂ ਐ ਸਮਝ ਹੀ ਨਹੀਂ ਆਉਂਦੀ ਉਹ ਕਨੇ ਸਹੀ ਗੱਲ ਹੈ ਕੀ ਕਰੀਏ ਨਿਰਾਸ਼ਾ ਦੇ ਵਿੱਚ ਆ ਹਮ ਨਤੀਜੇ ਵੀ ਕੁਝ ਮੈਨੂੰ ਲੱਗਦਾ ਵੀ ਹੈਰਾਨੀ ਜਨਕ ਹੋਣਗੇ ਬਹੁਤਾ ਕੋਈ ਫਰਕ ਨਹੀਂ ਹੋਊਗਾ ਜੱਥਾਰ ਦੇ ਵਿੱਚ ਮੈਨੂੰ ਲੱਗਦਾ ਹੈ ਬਾਕੀ ਸਮਾਂ ਤੈ ਕਰ ਦੂੰਗਾ ਕੀ ਬਣਦਾ ਬਿਲਕੁਲ ਮੌਦੀ ਹਾਜ਼ਰ ਹੈ ਜੱਜ ਦਾ ਵਿੱਚ ਆ ਤਣਾ ਸਾਹਿਬ ਪਿਛਲੇ ਕੁਝ ਦਿਨਾਂ ਤੋਂ ਬਹੁਤ ਚਿੰਤਾਜਨਕ ਖਬਰਾਂ ਜਿਹੜੀਆਂ ਹਵਾਈ ਜਹਾਜ਼ਾਂ ਨੂੰ ਲੈ ਕੇ ਵੀ ਸਾਹਮਣੇ ਆ ਰਹੀਆਂ ਨੇ 15 ਦਿਨਾਂ ਦੇ ਵਿੱਚ 400 ਜਹਾਜ਼ਾਂ ਨੂੰ ਧਮਕੀਆਂ ਮਿਲੀਆਂ ਤੇ ਇਹ ਧਮਕੀਆਂ ਲਗਾਤਾਰ ਮਿਲ ਰਹੀਆਂ ਨੇ ਬਿਲਕੁਲ ਜੀ 에ਅਰਲਾਈਨ ਕੰਪਨੀ ਨੂੰ ਫੋਨ ਆਉਂਦਾ ਜਾਂ ਕੋਈ ਸੋਸ਼ਲ ਮੀਡੀਆ ਤੇ ਪਾ ਦਿੰਦਾ ਵੀ ਭਾਈ ਜਿਹੜੀ ਤੁਹਾਡੀ ਫੁਲਾਨੀ ਫਲਾਈਟ ਆ ਉਹਦੇ ਵਿੱਚ ਅਸੀਂ ਆ ਚੀਜ਼ ਰੱਖਤੀ ਆ ਚੀਜ਼ ਰੱਖਤੀ ਆ ਕੱਲ ਵੀ ਪਤਾ ਲੱਗਾ ਵੀ ਦਰਜਨਾਂ ਦੀ ਗਿਣਤੀ ਵਿੱਚ ਧਮਕੀਆਂ ਨਵੇਂ ਸਿਰੇ ਤੋਂ ਆਈਆਂ ਪਰ ਤਸੱਲੀ ਦੀ ਗੱਲ ਇਹ ਆ ਵੀ ਹੁਣ ਤੱਕ ਇਹ ਸਾਰੀਆਂ ਧਮਕੀਆਂ ਅਫਵਾਹਾਂ ਸੀ ਜੀ ਪਰ ਦੁੱਖ ਦੀ ਗੱਲ ਇਹ ਆ ਵੀ ਜਿਹ ਇਹੋ ਜਿਹੇ ਕਰਤੂਤਾਂ ਕਰਨ ਵਾਲੇ ਲੋਕ ਆ ਉਹ ਤਾਂ ਅੱਗ ਲਾਈ ਡੱਬੂ ਕੰਨ ਤੇ ਉਹਨਾਂ ਨੇ ਤਾਂ ਇੱਕ ਈਮੇਲ ਕਰਤੀ ਫੋਨ ਕਰਤਾ ਕੁਝ ਲਿਖਤਾ ਕੁਝ ਵੀ ਕਰਤਾ ਧਮਕੀ ਦਿੱਤੀ ਬਾਅਦ ਵਿੱਚ ਜਿਹੜੇ ਵੀ ਦੇਸ਼ ਦੇ ਵਿੱਚ ਉਹ ਜਹਾਜ਼ ਉੱਡ ਰਿਹਾ ਹੋਵੇ ਵੀ ਭਾਈ ਫਲਾਈਟ ਨੰਬਰ ਆਹਾ ਐਸ ਥਾਂ ਤੋਂ ਐਸ ਥਾਂ ਤੱਕ ਜਾਣ ਵਾਲੀ ਫਲਾਣੀ 에ਅਰਲਾਈਨ ਦੀ ਉਹ ਹਵਾ ਦੇ ਵਿੱਚ ਆ ਜਦੋਂ ਧਮਕੀ ਦੇ ਬਾਰੇ ਜਾਣਕਾਰੀ ਮਿਲ ਗਈ ਉਹਦੀ ਐਮਰਜੈਂਸੀ ਲੈਂਡਿੰਗ ਉਸੇ ਦੇਸ਼ ਦੇ ਵਿੱਚ ਕਰਾਉਣੀ ਪੈਂਦੀ ਆ ਹੂੰ ਸੁਰੱਖਿਆ ਦੇ ਕਾਨੂੰਨ ਦੇ ਲਿਹਾਜ਼ ਨਾਲ ਕਿਉਂਕਿ ਰਿਸਕ ਨਹੀਂ ਲੈ ਸਕਦੇ ਫਿਰ ਜਿੱਥੇ ਲਾਉਣਾ ਜਹਾਜ਼ ਉਹਦਾ ਕਿੰਨਾ ਵੱਡਾ ਕਰਾਇਆ ਹਮ ਏਅਰਪੋਰਟ ਦਾ ਫਿਰ ਤੇਲ ਫਿਰ ਜਿਹੜੀਆਂ ਸਵਾਰੀਆਂ ਉਹਨਾਂ ਦੇ ਹੋਟਲ ਹਮ ਉਹਨਾਂ ਦਾ ਖਾਣਾ ਨਵੀਆਂ ਟਿਕਟਾਂ ਦਾ ਪ੍ਰਬੰਧ ਸਮਾਂ ਕਿੰਨਾ ਬਰਬਾਦ ਹੋਇਆ ਨਾਲੇ ਜਿਹੜੀ ਇਹ ਏਅਰਲਾਈਨ ਆ ਉਹਦੀ ਇਮੇਜ ਨੂੰ ਕਿੱਡੀ ਵੱਡੀ ਛੱਟ ਵੱਜਦੀ ਹੈ ਟਹਿਣਾ ਸਾਹਿਬ ਲੋਕ ਮੁੜ ਕੇ ਵਿਸ਼ਵਾਸ ਨਹੀਂ ਜਲਦੀ ਕਰਦੇ ਜਹਾਜ਼ ਉੱਡਦੇ ਹੀ ਚੰਗੇ ਲੱਗਦੇ ਆ ਖੜੇ ਜਹਾਜ਼ ਤਾਂ ਖਟਾਰਾ ਲੱਗਦੇ ਆ ਸਹੀ ਜਹਾਜ਼ ਖੜਾ ਜਿਹੋ ਜਾ ਜਿਹੋ ਜਾ ਮੈਂ ਖੜਾ ਸੇ ਮੇਰਾ ਬਾਈਕਰ ਸਾਈਕਲ ਖੜਾ ਹਾਂ ਇਹ ਠੀਕ ਸੀ ਹੱਸ ਕਿਉਂ ਨਹੀਂ ਆਹ ਕਿਹੜੀ ਤੁਲਨਾ ਸੀ ਟਾਣਾ ਸਾਹਿਬ ਜੀ ਚਾਚਾ ਜੇ ਜੇ ਮੈਂ ਖੜਾ ਇਹ ਤੁਲਨਾ ਤਾਂ ਸਹੀ ਕਰਿਆ ਕਰੋ ਮੈਂ ਖੜਾ ਹੀ ਨਹੀਂ ਹੁੰਦਾ ਨਹੀਂ ਤੁਸੀਂ ਤਾਂ ਖੜ ਜਾਂਦੇ ਹੋ ਠੀਕ ਹੈ ਪਰ ਜਹਾਜ਼ ਇੱਕ ਮਸ਼ੀਨ ਆ ਹਮ ਹੈਨਾ ਇੱਕ ਮਨੁੱਖ ਵੀ ਇੱਕ ਮਸ਼ੀਨੀ ਆ ਜੀ ਪਰ ਜਹਾਜ਼ ਨਾਲ ਮੋਟਰਸਾਈਕਲ ਦੀ ਤੁਲਨਾ ਠੀਕ ਆ ਫਿਰ ਵੀ ਪਰ ਫਿਰ ਵੀ ਅਗਲੀ ਗੱਲ ਇਹ ਆ ਵੀ ਸੜਕ ਕੇਂਦਰ ਦੇ ਵਿਭਾਗ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਹਿੰਦੇ ਵੀ ਅਸੀਂ ਸਖਤ ਕਾਨੂੰਨ ਲੈ ਕੇ ਆ ਰਹੇ ਆ ਲਫੜ ਲਾਇਆ ਕਰਨੇ ਦਾ ਲੋਕਾਂ ਨੇ ਜਿਹੜੇ ਇਹੋ ਜਿਹੀਆਂ ਅਫਵਾਹਾਂ ਫਲਾਉਂਦੇ ਆ ਤਾਨੂੰਨ ਸ਼ਕਤੀ ਨਾਲ ਪਾਲਣਾ ਕਰੂਗਾ ਜ਼ਰੂਰ ਇਹ ਹੋਣਾ ਚਾਹੀਦਾ ਟਾਣਾ ਸਭ ਕਿਉਂਕਿ ਨਾ ਇਹ ਨਾ ਇੱਕ ਮਖੌਲ ਜਿਹਾ ਹੀ ਬਣਾ ਲਿਆ ਕਿ ਐਵੇਂ ਕਿਉਂਕਿ ਅਸੀਂ ਨਹੀਂ ਚਾਹੁੰਦੇ ਰੱਬ ਨਾ ਕਰੇ ਕੁਦਰਤ ਨਾ ਕਰੇ ਕਿ ਇਹ ਕਦੇ ਵੀ ਗੱਲ ਜਿਹੜੀ ਆ ਉਹ ਸੱਚੀ ਹੋਵੇ ਹੈਨਾ ਪਰ ਡਰ ਸਹਿਮ ਕਿੰਨਾ ਜ਼ਿਆਦਾ ਲੋਕਾਂ ਦੇ ਦਿਲਾਂ ਦੇ ਵਿੱਚ ਫੈਲ ਜਾਂਦਾ ਤੇ ਸੋਚੋ ਵੀ ਜਿਹੜਾ ਬੰਦਾ ਇਹ ਸੋਚ ਕੇ ਜਹਾਜ਼ ਤੇ ਚੜਿਆ ਵੀ ਮੈਂ ਇੰਨੇ ਘੰਟਿਆਂ ਬਾਅਦ ਆਪਣੇ ਪਰਿਵਾਰ ਦੇ ਕੋਲ ਹੋਊਂਗਾ ਆਪਣੇ ਪਿਆਰਿਆਂ ਦੇ ਕੋਲ ਹੋਊਂਗਾ ਉਹਨੂੰ ਇੱਕਦਮ ਵਿਚਾਲੇ ਜਾ ਕੇ ਪਤਾ ਲੱਗੇ ਵੀ ਆਹ ਜਿਹੜੀ ਗੱਲ ਆ ਉਹ ਫੈਲ ਗਈ ਆ ਕਿੰਨਾ ਡਰ ਸਹਿਮ ਦਾ ਮਾਹੌਲ ਬਣ ਜਾਂਦਾ ਕਿੰਨਾ ਨੁਕਸਾਨ ਹੁੰਦਾ 에ਰਲਾਈਨ ਕੰਪਨੀਆਂ ਦਾ ਸੋ ਇਹ ਨਹੀਂ ਹੋਣਾ ਚਾਹੀਦਾ ਹਰ ਗੱਲ ਤੇ ਮਜ਼ਾਕ ਚੰਗਾ ਨਹੀਂ ਹੁੰਦਾ ਜਿਹੜੀ ਤਕਨੀਕ ਆ ਨਾ ਤਕਨੀਕ ਬਹੁਤ ਅੱਗੇ ਵਧ ਗਈ ਮੈਂ ਕੱਲ ਇੱਕ ਰਿਪੋਰਟ ਪੜ੍ਹੀ ਐਲਨ ਮਸਕਾ ਜਿਹੜਾ ਉਹ ਜਿਹੜਾ ਟਵਿੱਟਰ ਦੀ ਚੜੀ ਬਦਲ ਦਿੰਦਾ ਉਹਦੇ ਬਾਰੇ ਨਵੀਂ ਖਬਰ ਆਈ ਹੈ ਕੀ ਉਹਨੇ ਇੱਕ ਚਿਪ ਬਣਾ ਲਈ ਉਹਦਾ ਪ੍ਰਯੋਗ ਉਹਦੀ ਪ੍ਰੀਖਣ ਉਹਦਾ ਕਹਿੰਦੇ ਵੀ ਤਜਰਬਾ ਉਹ ਤੇ ਸ਼ੁਰੂ ਹੋ ਗਿਆ ਉਹ ਦਿਮਾਗ ਦੇ ਵਿੱਚ ਜਦੋਂ ਆਪਾਂ ਚਿਪ ਪਾ ਦਈਏ ਦਿਮਾਗ ਕੰਪਿਊਟਰ ਬਣ ਜਾਂਦਾ ਅੱਛਾ ਫਿਰ ਉਹ ਦਿਮਾਗ ਚ ਦਿਮਾਗ ਵਾਲੀ ਗੱਲ ਨਹੀਂ ਰਹਿੰਦੀ ਉਹ ਬੰਦਾ ਕੰਪਿਊਟਰ ਬਣ ਜਾਂਦਾ ਵੀ ਉਹਨੂੰ ਫਿਰ ਕੰਪਿਊਟਰ ਦੀ ਲੋੜ ਨਹੀਂ ਇਦਾਂ ਸੇਰੀ ਉਹਦਾ ਦਿਮਾਗ ਹੀ ਉਹਦਾ ਕੰਪਿਊਟਰ ਵਾਂਗ ਚੱਲਦਾ ਜਦੋਂ ਇਹ ਚਿਪ ਪਾ ਲਈ ਪਰ ਬੰਦੇ ਨੂੰ ਬੰਦਾ ਰਹਿਣ ਦਿਓ ਹਰ ਥਾਂ ਤੇ ਮਸ਼ੀਨੀ ਕਰਨ ਹਰ ਥਾਂ ਤੇ ਕੰਪਿਊਟਰ ਹਰ ਥਾਂ ਤੇ ਆ ਚੀਜ਼ਾਂ ਚੰਗੀਆਂ ਨਹੀਂ ਇਨਸਾਨ ਆ ਇਨਸਾਨ ਇਨਸਾਨ ਹੀ ਰਵੇ ਤਾਂ ਵਧੀਆ ਹੁੰਦਾ ਮੈਨੂੰ ਇਹ ਲੱਗਦਾ ਇੰਨੀ ਵੀ ਜ਼ਿਆਦਾ ਤਕਨੀਕ ਅੱਗੇ ਨਹੀਂ ਵਧਣੀ ਚਾਹੀਦੀ ਫੇਰ ਖਬਰਾਂ ਹੋਰ ਆਇਆ ਕਰਨੀਆਂ ਚਿਪ ਗਲਤ ਪੈਣ ਕਰਕੇ ਰੌਲਾ ਪੈ ਗਿਆ ਉਹਦਾ ਸੌਫਟਵੇਅਰ ਹੈਂਗ ਹੋ ਗਿਆ ਹਾਂ ਇਹ ਇਹ ਗਲਤ ਚੀਜ਼ਾਂ ਨੇ ਨਹੀਂ ਹੋਣੀਆਂ ਚਾਹੀਦੀਆਂ ਹੂੰ ਵਾਈਰ ਸੌਣ ਕਰਕੇ ਹੂੰ ਬੰਦੇ ਨੇ ਘਰ ਦੇ ਕੁੱਟੇ ਹੁਣ ਹੁਣ ਤਾਂ ਆਪਾਂ ਨੂੰ ਕੁਦਰਤ ਦੇ ਨੇੜੇ ਹੋਣਾ ਚਾਹੀਦਾ ਆ ਮਸ਼ੀਨੀ ਯੁੱਗ ਤਾਂ ਥੋੜਾ ਜਿਹਾ ਪਾਸੇ ਹੋਈ ਏ ਮੈਨੂੰ ਲੱਗਦਾ ਤਾਂ ਵਧੀਆ ਹੋਉ ਸਾਡੇ ਲਈ ਸਹੀ ਗੱਲ ਆ ਉਹ ਵੀ ਹਾਜ਼ਰ ਹੈ ਚੰਚ ਦਾ ਵੀ ਚਾਹ ਹਰਮਨ ਜੀ ਮੈਂ ਅੱਜ ਤੜਕੜਿਟ ਕੇ ਬਾਜ਼ਾਰ ਵੱਲ ਗਿਆ ਮੈਂ ਨਾ ਵੀ ਲੜੀਆਂ ਹੀ ਲੜੀਆਂ ਹਾਂ ਜਿਹੜੇ ਤਕੜੇ ਤਕੜੇ ਵੱਡੇ ਵੱਡੇ ਘਰ ਆ ਨਾ ਬੜੇ ਕਈ ਕਿਨਾਰਿਆਂ ਦੇ ਵਿੱਚ ਘਰ ਸ਼ਹਿਰ ਦੇ ਵਿੱਚ ਮੈਂ ਨਾ ਵੀ ਇੰਨੀਆਂ ਤਕੜੀਆਂ ਲੜੀਆਂ ਲੱਗੀਆਂ ਵੀ ਆਪਣੀ 4-5 ਮਹੀਨਿਆਂ ਦੀ ਤਨਖਾਹ ਤਾਂ ਲੜੀਆਂ ਤੇ ਟੰਗਤੀ ਉਹਨਾਂ ਨੇ ਸਹੀ ਗੱਲ ਜਗਮਗ ਜਗਮ ਕਰਦੇ ਪਏ ਕਰ ਹਾਂ ਘਰ ਦੇ ਵਿੱਚ ਹੈਗੇ ਇੱਕ ਦੋ ਜਣੇ ਹੀ ਆ ਜੀ ਪਰ ਜਗਮਗ ਜਗਮ ਕਰੀ ਜਾਂਦੇ ਆ ਟਾੜਾ ਸਾਹਿਬ ਬਾਜ਼ਾਰਾਂ ਚ ਜਾਓ ਤੁਸੀਂ ਜਿਹੜੇ ਵੱਡੇ ਵੱਡੇ ਮਾਲ ਬਣੇ ਹੋਏ ਨੇ ਵੱਡੀਆਂ ਵੱਡੀਆਂ ਦੁਕਾਨਾਂ ਨੇ ਉਹ ਵੀ ਪੂਰੀ ਤਰ੍ਹਾਂ ਨਾਲ ਮੈਨੂੰ ਲੱਗਦਾ ਲਗਭਗ ਮੀ ਨਹੀਂ ਹੋ ਚੱਲਿਆ ਉਹ ਤਾਂ ਜਦੋਂ ਤੋਂ ਜਗਮਗ ਜਗਮ ਕਰ ਰਹੇ ਆ ਸੋਹਣੇ ਬਹੁਤ ਲੱਗਦੇ ਆ ਪਰ ਤੁਸੀਂ ਵੇਖੋ ਵੀ ਕਿੰਨਾ ਖਰਚਾ ਕਿੰਨਾ ਤਾਮ-ਜਾਮ ਕਿੰਨਾ ਕੁਝ ਇਹ 600 ਯੂਨਟ ਵਾਲਾ ਥੋੜੀ ਜਿਹੀ ਕੋਈ ਚੱਕਰ ਹੋਣਾ ਵੱਡੇ ਲੋਕ ਆ ਜੇਕਰ ਸਾਡੇ ਲੱਗੀਆਂ ਹੁਣ ਸਾਡੇ ਤਾਂ ਘਰ ਦੇ ਵੈਸੇ ਬੰਦ ਕਰਦੇ ਇਹਨੂੰ ਹੁਣ ਘੰਟਾ ਜਗਾਤ ਲਈਆਂ ਸਹੀ ਗੱਲ ਪਰ ਸਾਰੇ ਪਾਸੇ ਬਾਜ਼ਾਰ ਚ ਰੌਣਕਾਂ ਬਹੁਤ ਨੇ ਤੇ ਲੋਕ ਥੋੜੇ ਜਿਵੇਂ ਮੈਨੂੰ ਇਹ ਲੱਗਦਾ ਕਿ ਟੈਣਾ ਸਾਹਿਬ ਪਰੇਸ਼ਾਨੀ ਦੇ ਵਿੱਚ ਨੇ ਕਿਉਂਕਿ ਤੁਸੀਂ ਵੇਖੋ ਵੀ ਹੁਣ ਆਮ ਜਿਹੜੇ ਵੀ ਤਿਉਹਾਰ ਹੁੰਦੇ ਨੇ ਨਾ ਉਨਾ ਤਿਉਹਾਰਾਂ ਦੇ ਮੌਕੇ ਦੇ ਉੱਪਰ ਉਹਨਾਂ ਰਸ ਉਹਨਾਂ ਚਾ 19 ਬਾਜ਼ਾਰਾਂ 'ਚ ਰੌਣਕ ਨਹੀਂ ਵੇਖਣ ਨੂੰ ਮਿਲਦੀ ਹੈ ਨਾ ਕਿਉਂਕਿ ਇੱਕ ਤਾਂ ਦੇਖੋ ਲੋਕਾਂ ਦੀ ਜੇਬ ਦੇ ਉੱਪਰ ਬਹੁਤ ਜ਼ਿਆਦਾ ਭਾਰ ਪੈਣ ਲੱਗਿਆ ਨਹੀਂ ਲੋਕ ਬਾਹਰ ਨਿਕਲਦੇ ਆ ਹਮ ਇੱਕਦਮ ਗੁੱਛਾ ਜਿਹਾ ਬਾਹਰ ਨਿਕਲਦਾ ਲੋਕਾਂ ਦਾ ਦੁਕਾਨ ਨੂੰ ਘੇਰਾ ਜਿਹਾ ਪਾਈ ਖੜੇ ਹੁੰਦੇ ਆ ਅੱਧੇ ਘੰਟੇ ਬਾਅਦ ਉੱਥੇ ਕੋਈ ਵੀ ਨਹੀਂ ਹੁੰਦਾ ਹੈਨਾ ਐਦਾਂ ਹੀ ਆ ਨਾ ਤੇ ਉਸ ਤੋਂ ਇਲਾਵਾ ਖੀਲੀਆਂ ਤਰੀਕਾਂ ਨੇ ਤੇ ਲੋਕਾਂ ਦੀ ਜੇਬ 'ਚ ਪੈਸਾ ਹੈ ਨੀਗਾ ਤੇ ਜੇ ਪੈਸਾ ਨਾ ਹੋਵੇ ਤੇ ਫਿਰ ਤਿਉਹਾਰ ਤਿਉਹਾਰ ਨਹੀਂ ਲੱਗਦਾ ਹਨਾ ਸੋ ਪਰ ਦੀਵਾਲੀ ਦੇ ਦਿਨ ਚੱਲ ਰਹੇ ਨੇ ਵੈਸੀ ਹਵਾ ਦੇ ਵਿੱਚ ਆਬੂ ਹਵਾ ਦੇ ਵਿੱਚ ਨਾ ਥੋੜੀ ਜੀ ਹਾਂ ਪੱਖੀ ਜਾਂ ਸਾਰਾ ਕੁਝ ਹੁੰਦਾ ਹਨਾ ਚੰਗੇ ਲੱਗਦੇ ਨੇ ਇਹ ਦਿਨ ਚੰਗਾ ਲੱਗਦਾ ਸਾਰਾ ਕੁਝ ਆਲਾ ਦੁਆਰਾ ਮੈਂ ਨਾ ਸਵੇਰ ਦੇ ਵੇਲੇ ਜਦੋਂ ਅੱਜ ਨਿਕਲਿਆ ਬਾਹਰ ਤੇ ਕਿਸੇ ਨੇ ਮੁਹੱਲੇ 'ਚ ਪਟਾਕਾ ਚਲਾਇਆ ਸੀ ਅੱਛਾ ਜੀ ਸਾਡੇ ਜਦੋਂ ਦੋ ਗਲੀਆਂ ਨਿਕਲਿਆ ਮੈਂ ਤੇ ਪਟਾਕਾ ਚਲਾਇਆ ਸੀ ਉਹ ਮੈਨੂੰ ਪਟਾਕਾ ਚਲਾਉਣ ਵਾਲਾ ਤਾ ਮੈਨੂੰ ਦੱਸਿਆ ਨਹੀਂ ਹੂੰ ਔਰ ਜਦੋਂ ਮੈਂ ਕੋਲ ਦੀ ਲੰਗਾ ਜਿਹੜਾ ਪਟਾਕੇ ਦਾ ਧੂਆਂ ਮੈਨੂੰ ਮੇਰਾ ਬਚਪਨ ਚ ਇੱਥੇ ਕਰਾ ਗਿਆ ਹੂੰ ਵੀ ਉਹ ਇੱਕ ਧੂਏ ਦੇ ਦਾ ਕਿਸਮ ਲੱਜੀ ਤਾਂ ਹੈਗੀ ਨਾ ਬਚਪਨ ਚ ਇੱਥੇ ਕਰਾਉਂਦੀ ਆ ਹਾਲਾਂਕਿ ਮੈਂ ਵੇਖਿਆ ਵੀ ਚਲਾਇਆ ਕਿਨੇ ਹੋਇਆ ਉਹ ਦਿਸੇ ਨਾ ਮੈਂ ਕਿਹਾ ਜਦੋਂ ਤੂੰ ਵੱਡਾ ਹੋ ਗਿਆ ਕਿਸੇ ਹੋਰ ਦਾ ਚਲਾਇਆ ਸੋਚ ਕੇ ਕਹਿੰਗਾ ਬਚਪਨ ਚ ਇੱਥੇ ਆ ਗਿਆ ਹਰ ਚੀਜ਼ ਨਾਲ ਯਾਦਾਂ ਜੁੜੀਆਂ ਕੋਈ ਚੱਕਰੀ ਚਲਾਉਂਦਾ ਕੋਈ ਸੱਪ ਚਲਾਉਂਦਾ ਕੋਈ ਫੁੱਲ ਚੜੀ ਸਹੀ ਗੱਲ ਆ ਯਾਰ ਮੈਂ ਨਾ ਕਿਤੇ ਹਿੰਦੀ ਦੇ ਵਿੱਚ ਲਿਖਿਆ ਹੋਇਆ 217 ਪੜੀਆਂ ਸੀ ਚਲੋ ਵੀ ਸਾਂਝੀਆਂ ਕਰ ਦਿੰਨੇ ਆ ਕਹਿੰਦੇ ਬਚਪਨ ਕੇ ਟੂਟੇ ਹੋਏ ਖਿਡੌਣੇ आज ये पूछ रहे हैं हम्म बचपन के टूटे हुए खिलौने आज ये मुझसे पूछ रहे हैं कैसा लगता है जब आज लोग तुम्हारे साथ खेल रहे हैं वाह वाह है। ਇਹ ਬਾਤ ਤਾਂ ਹੈ शुक्रिया ਬੜੀ ਤਕੜੀ ਬਾਤ ਕਹਿਦੀ ਆਫਨੇ शुक्रिया ਬਹੁਤ ਅੱਛਾ ਹਾਂ ਸ਼ਾਬਾਸ਼ ਤੇ ਆਪਾਂ ਹੁਣ ਚਲ ਜੀ ਟਾਣਾ ਸਾਹਿਬ ਚਲੋ ਜਾਣਦਾ ਹੋ ਗਿਆ ਵੇਲਾ ਜੀ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਢਤੇ ਬਚਾਓ ਦੋਮੰਦੇ ਇਜਾਜ਼ਤ ਫਿਰ ਮਿਲਾਂਗੇ ਸਤਿ ਸ੍ਰੀ ਅਕਾਲ ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਤੁਹਾਡਾ ਆਪਣਾ ਤੁਹਾਡਾ